सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। ਸਸਿਕਾ ਚੜਿਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਪ੍ਰੋਗਰਾਮ ਖਪਤ ਇੰਡਸ ਵਿਦ ਡਾਕਟਰ ਹਜੰਦਵਾਲੀਆ, ਮੈਂ ਤੁਹਾਡੇ ਨਾਲ ਰਮਨ ਬਾਸ਼ਾ ਪਿੰਡਰ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਰਾਹੀਂ ਤੁਹਾਨੂੰ ਦੇਸ਼ ਦੁਨੀਆ ਤੇ ਸੂਬੇ ਦੇ ਸਰੋਕਾਰਾਂ ਨਾਲ ਜੁੜੀਆਂ ਤਮਾਮ ਖਬਰਾਂ ਦੀ ਜਾਣਕਾਰੀ ਮਿਲਦੀ ਹੈ ਤੇ ਇਹਨਾਂ ਖਬਰਾਂ ਤੇ ਵਿਸਤਾਰ ਜਾਣਕਾਰੀ ਲਈ ਮੇਰੇ ਨਾਲ ਹਰ ਵਾਰੀ ਤਰ੍ਹਾਂ ਵਾਲੇ ਸਾਹਿਬ ਸਟੂਡੀਓ 'ਚ ਮੌਜੂਦ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬੋਲੇ ਸਾਹਿਬ। ਅੱਜ ਆਪਾਂ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਤਾਂ ਮਲੇਰਕੋਟ ਨਾਲ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਾਰ ਫਿਰ ਬੇਅਦਬੀ ਹੋਈ ਹੈ। ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਨੇ। ਜੀ, ਠੀਕ ਕਹਿ ਰਹੇ ਹੋ ਤੁਸੀਂ। ਤਣਾਅ ਇਸ ਕਰਕੇ ਵੀ ਹੈ ਕਿ ਹਾਲੇ ਬੇਅਦਬੀ ਦੀ ਪਹਿਲੀ ਘਟਨਾ ਤੋਂ ਪੰਜਾਬ ਬਾਹਰ ਨਹੀਂ ਆ ਸਕਿਆ ਜੀ, ਔਰ ਜਿਸ ਤਰੀਕੇ ਨਾਲ ਚੋਣਾਂ ਦੇ ਮਾਹੌਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਅਤੇ ਟੈਂਸ਼ਨ ਹੋਣਾ ਸੁਭਾਵਿਕ ਹੈ ਅਤੇ ਆਮ ਲੋਕਾਂ 'ਚ ਇਸ ਗੱਲ ਦਾ ਦੁੱਖ ਵੀ ਹੈ ਕਿ ਜਿਸ ਏਰੀਏ 'ਚ ਹੋਈ ਹੈ, ਜਿੱਥੇ ਦਾ ਇੱਕ ਮਹਾਨ ਸਰਪੰਚ ਹੈ, ਉਸ ਏਰੀਏ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਕਦੇ ਵਾਪਰੀਆਂ ਸੀ। ਦੁੱਖ ਇਸ ਗੱਲ ਦਾ ਵੀ ਹੈ ਕਿ ਜਿਸ ਤਰੀਕੇ ਨਾਲ ਕੀਤਾ ਗਿਆ ਕਿ ਉਹ ਜਿੰਦਾ ਤੋੜਿਆ, ਸੀ ਸੀ ਟੀ ਵੀ ਕੈਮਰੇ ਖਰਾਬ ਸੀ, ਤਾਲਾ ਤੋੜ ਕੇ ਗਿਆ ਪਾਲਕੀ ਸਾਹਿਬ 'ਤੇ ਜਿੱਥੇ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਏ ਹੁੰਦੇ ਨੇ, ਪਾਵਨ ਸਰੂਪ, ਉੱਥੇ ਅੱਗ ਲਾਈ ਹੈ, ਔਰ ਜਿਸ ਤਰੀਕੇ ਨਾਲ ਇਹ ਸਾਰਾ ਕੁਛ ਹੋਇਆ, ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਅਚਾਨਕ ਲੱਗ ਗਈ, ਸ਼ਾਰਟ ਸਰਕਟ ਨਾਲ ਲੱਗ ਗਈ ਜਿਵੇਂ ਅਕਸਰ ਕਹਿ ਦਿੰਦੇ ਨੇ, ਉਹ ਤਾਂ ਸਾਜਿਸ਼ ਹੈ ਕਿਸੇ ਦੀ ਹੈ। ਅਤੇ ਹੁਣ ਸਾਜਿਸ਼ ਕਿਸ ਦੀ ਹੈ, ਇਹ ਵੱਡਾ ਸਵਾਲ ਹੈ, ਕਿਉਂਕਿ ਇਲੈਕਸ਼ਨ ਦੇ ਦਿਨ ਨੇ, ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ 'ਚ ਖਿਆਲ ਆਉਂਦੇ ਨੇ। ਕੈਪਟਨ ਸਾਹਿਬ ਨੇ ਤਾਂ, ਮੁੱਖ ਮੰਤਰੀ ਨੇ ਤਾਂ ਕਿਹਾ ਹੀ ਇਹ ਹੈ ਕਿ ਜਿਹੜੇ ਲੋਕ ਇਹ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੇ ਨੇ, ਉਹਨਾਂ ਨੂੰ ਜਿਹੜਾ ਸਖਤੀ ਨਾਲ ਨਿਪਟਿਆ ਜਾਏਗਾ। ਇਹ ਜਿਹੜੀ ਸਟੇਟਮੈਂਟ, ਜੇ ਨਾ ਵੀ ਦੇਣ, ਇਹੀ ਸਟੇਟਮੈਂਟ ਹੁੰਦੀ ਹੈ, ਉਹਨਾਂ ਦੇ ਥਾਂ 'ਤੇ ਕੋਈ ਹੁੰਦਾ ਹੀ ਕਹਿਣਾ ਸੀ। ਪਰ ਇਹ ਗੱਲ ਤਾਂ ਸਪਸ਼ਟ ਹੋਇਆ, ਕਿਹਨੇ ਕੀਤਾ, ਕਿਵੇਂ ਕੀਤਾ, ਇਹ ਤਾਂ ਹਾਲੇ ਪਹਿਲਾਂ ਨਹੀਂ ਪਤਾ ਲੱਗਿਆ। ਅਤੇ ਲੋਕਾਂ ਦੇ ਮਨਾਂ 'ਚ ਵੀ ਇਹ ਕੀ ਟ੍ਰੈਂਡ ਸ਼ੁਰੂ ਹੋਇਆ, ਔਰ ਕੈਪਟਨ ਸਾਹਿਬ ਜਿਹੜੇ ਲਗਾਤਾਰ ਇਹ ਗੱਲ ਕਰ ਰਹੇ ਸੀ ਕਿ ਜੀ ਅਕਾਲੀਆਂ ਦੇ ਟਾਈਮ ਬੇਅਦਬੀ ਹੋਈ, ਹੁਣ ਇਹ ਕਾਂਗਰਸ ਦੇ ਟਾਈਮ ਬੇਅਦਬੀ ਹੋਈ ਹੈ, ਅਤੇ ਇਲੈਕਸ਼ਨ ਦੇ ਵਿੱਚ ਇਸ ਨੂੰ ਕਿਸਨੇ ਕਿਵੇਂ ਇਸ਼ੂ ਬਣਾਉਣਾ, ਇਹ ਵੀ ਤੁਹਾਡੇ ਸਾਹਮਣੇ ਹੈ। ਸੋ ਇਹ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ, ਟੈਂਸ਼ਨ ਹੈ। ਟੈਂਸ਼ਨ ਇਸ ਕਰਕੇ ਵੀ ਹੋਈ ਜਦੋਂ ਸਫਾਈ ਕਰਨ ਲੱਗੇ ਪਿੰਡ ਵਾਲੇ ਲੋਕਾਂ ਨੇ, ਹੋਰ ਲੋਕਾਂ ਨੇ ਜਿਹੜੇ ਮੌਕੇ 'ਤੇ ਪਹੁੰਚੇ ਸੀ, ਅਲੱਗ ਅਲੱਗ ਸਾਰੀਆਂ ਜਥੇਬੰਦੀਆਂ ਲਗਭਗ ਉੱਥੇ ਪਹੁੰਚ ਚੁੱਕੀਆਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੁਲਿਸ ਤਾਂ ਇੱਕੋਦਮ ਆ ਗਈ ਸੀ, ਸੰਤ ਦਾਦੂਵਾਲ, ਸਤਿਕਾਰ ਕਮੇਟੀ, ਸਾਰੇ ਆ ਚੁੱਕੇ ਸੀ। ਅਤੇ ਉੱਥੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਰੋਕਿਆ ਕਿ ਤੁਸੀਂ ਇਹ ਸਬੂਤ ਬਟਾ ਰਹੇ ਹੋ, ਸਬੂਤ ਸਫਾਈ ਕਰ ਰਹੀ ਸੀ ਪੁਲਿਸ ਕਿ ਲੋਕਾਂ ਦੇ ਮਨਾਂ ਨੂੰ ਦੁੱਖ ਨਾ ਹੋਵੇ ਜਿਸ ਤਰੀਕੇ ਨਾਲ ਉੱਥੇ ਅਲੱਗ ਅਲੱਗ ਥਾਂ 'ਤੇ ਅੱਧ ਸੜੇ ਅੰਗ ਪਏ ਸੀ। ਤੋ ਰੌਲਾ ਵੀ ਪਿਆ, ਟੈਂਸ਼ਨ ਵੀ ਹੋਈ, ਮਨਾਇਆ ਗਿਆ। ਮਨਾਉਣ ਤੋਂ ਬਾਅਦ ਇਹ ਹੋਇਆ ਕਿ ਗੋਬਿੰਦ ਸਾਹਿਬ ਦੇ ਵਿੱਚ ਜਾ ਕੇ, ਗੋਬਿੰਦਵਾਲ ਸਾਹਿਬ 'ਤੇ ਜਾ ਕੇ ਇਹਨਾਂ ਨੂੰ ਜਿਹੜਾ ਹੈ ਜਲ ਪ੍ਰਵਾਹ ਕੀਤਾ ਜਾਏਗਾ। ਲੇਕਿਨ ਇਸ ਸਾਰੇ ਦੇ ਨਾਲ ਇੱਕ ਗੱਲ ਸਪਸ਼ਟ ਹੈ ਕਿ ਇਸ ਕਿਸਮ ਦੀਆਂ ਘਟਨਾਵਾਂ ਆਮ ਲੋਕਾਂ 'ਚ, ਆਮ ਸਿੱਖ ਜਿਹੜਾ ਬਿਲਕੁਲ ਸਿਆਸੀ ਨਹੀਂ, ਉਹਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਉਂਦੀਆਂ ਨੇ। ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੇ ਵਾਰ ਵਾਰ ਕਿਹਾ ਸੀ ਕਿ ਤੁਸੀਂ ਸੀ ਸੀ ਟੀ ਵੀ ਕੈਮਰੇ ਲਵਾਓ, ਅਤੇ ਜੇ ਕੈਮਰੇ ਖਰਾਬ ਨੇ ਤਾਂ ਕੌਣ ਜ਼ਿੰਮੇਵਾਰ ਹੈ? ਖਰਾਬ ਕੀਤੇ ਗਏ, ਖਰਾਬ ਹੋਏ, ਜਾਣ ਬੁੱਝ ਕੇ ਹੋਏ, ਉਸ ਬੰਦੇ ਨੂੰ ਕਿਵੇਂ ਪਤਾ ਸੀ ਕੈਮਰੇ ਖਰਾਬ ਨੇ ਜਿਹਨੇ ਘਟਨਾ ਕੀਤੀ ਹੈ? ਜਿਹੜਾ ਵੀ ਬੰਦਾ ਹੈ ਉਹਨੂੰ ਪਤਾ ਤਾਂ ਸੀ ਨਹੀਂ, ਉਹ ਇੰਨੀ ਕਿਵੇਂ ਜਿੰਦਾ ਤੋੜ ਕੇ ਅੰਦਰ ਆਉਂਦਾ? ਅਤੇ ਜੇ ਉਹਨੂੰ ਇਹ ਪਤਾ ਹੈ ਤਾਂ ਉਹ ਉੱਥੇ ਰੈਕੀ ਕੀਤੀ, ਉਹਨੇ ਕਿਵੇਂ ਪਤਾ ਲੱਗਿਆ? ਜਾਂ ਉਹ ਲੋਕਲ ਬੰਦਾ ਸੀ ਜਿਸ ਨੂੰ ਇਸ ਗੱਲ ਦਾ ਪਤਾ? ਬਹੁਤ ਸਾਰੇ ਸਵਾਲ ਜਿਹੜੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਨੇ। ਜਿਹੜੇ ਇੱਥੋਂ ਦੇ ਆਈ ਜੀ ਨੇ, ਏ ਐੱਸ ਰਾਏ ਜੀ, ਅਤੇ ਐੱਸ ਐੱਸ ਪੀ ਉੱਥੇ ਮੌਕੇ 'ਤੇ ਪਹੁੰਚੇ। ਰਾਏ ਸਾਹਿਬ ਨੇ ਜਿਹੜਾ ਲੋਕਾਂ ਨੂੰ ਬਿਆਨ ਦਿੱਤਾ, ਇੱਕ ਪੁਲਿਸ ਅਫਸਰ ਨੂੰ ਖੈਰ ਉਹੀ ਬਿਆਨ ਦੇਣਾ ਪੈਂਦਾ, ਪਰ ਮੈਂ ਕਿਉਂਕਿ ਇਹ ਗੱਲ ਸਮਝਦਾ ਕਿ ਜਿਹੜੇ ਏ ਐੱਸ ਰਾਏ ਨੇ ਉਸੇ ਏਰੀਏ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਪਿੰਡ ਵੀ ਮਲੇਰਕੋਟਲੇ ਦੇ ਨੇੜੇ ਹੀ ਹੈ, ਅਤੇ ਵੈਸੇ ਵੀ ਉਹ
ਸਿੱਖੀ 'ਚ ਕਾਫੀ ਵਿਸ਼ਵਾਸ ਹੈ ਅਤੇ ਲੋਕ ਇਹ ਆਸ ਕਰਦੇ ਨੇ ਕਿ ਬਹੁਤ ਤੇਜ਼ੀ ਨਾਲ ਬਸ ਕੰਮ ਕਰੂੰਗੀ, ਮੁਸਤੈਦੀ ਨਾਲ ਕੰਮ ਕਰੂੰਗੀ, ਜਲਦੀ ਹੀ ਇਹਦੇ ਜ਼ਿੰਮੇਵਾਰ ਲੋਕਾਂ ਨੂੰ ਜਿਹੜਾ ਹੈ ਐਕਸਪੋਜ਼ ਕੀਤਾ ਜਾਊ, ਨੰਗਾ ਕੀਤਾ ਜਾਊ, ਲੋਕਾਂ ਸਾਹਮਣੇ ਲਿਆਂਦਾ ਜਾਊ। ਜਿਵੇਂ ਕਿ ਹਰ ਵਾਰੀ ਜਾਂਚ ਦੇ ਹੁਕਮ ਦਿੱਤੇ ਜਾਂਦੇ ਨੇ ਪਰ ਜਿਹੜੇ ਦੋਸ਼ੀ ਉਹ ਫੜੇ ਨਹੀਂ ਜਾਂਦੇ ਨੇ। ਇਹੀ ਗੱਲ ਦੀ ਟੈਨਸ਼ਨ ਜ਼ਿਆਦਾ ਹੈ ਕਿ ਇਹ ਘਟਨਾ ਜਿਸ ਮੌਕੇ ਵਾਪਰੀ ਹੈ, ਹਾਲੇ ਪਹਿਲੀ ਘਟਨਾ ਜਿਹੜੀ ਹੈ ਉਸ ਤਰ੍ਹਾਂ ਦੀ ਘਟਨਾ, ਭਾਵੇਂ ਨਹੀਂ ਕਿ ਜਾਣ ਬੁੱਝ ਕੇ ਚੈਲੇਂਜ ਕਰਕੇ ਉਦੋਂ ਤਾਂ ਸਿੱਟੇ ਗਏ ਸੀ, ਪਰ ਇਹ ਵੀ ਕਿਸਮ ਦਾ ਚੁਣੌਤੀ ਤਾਂ ਹੈ ਜਿਸਨੇ ਅੱਗ ਲਾਈ ਹੈ। ਇਹ ਜਲਦੀ ਤੋਂ ਜਲਦੀ ਇਹਦਾ ਪਤਾ ਲਾਇਆ ਜਾਵੇ ਔਰ ਜਿੰਨੀਆਂ ਵੀ ਮੈਨੇਜਮੈਂਟ ਕਮੇਟੀਆਂ ਨੇ ਗੁਰਦੁਆਰੇ ਦੀਆਂ, ਜਿੰਨੇ ਵੀ ਗੁਰੂ ਘਰ ਨੇ ਜਿੱਥੇ ਵੀ ਨੇ ਸਾਰੇ ਪੰਜਾਬ ਦੇ ਵਿੱਚ, ਘੱਟੋ ਘੱਟ ਪੰਜਾਬ ਦੀ ਗੱਲ ਕਰਦੇ ਆ, ਉਹਨਾਂ ਨੂੰ ਲਗਾਤਾਰ ਜਿਹੜਾ ਹੈ ਆਪਣੇ CCTV ਕੈਮਰੇ ਚੈੱਕ ਕਰਨੇ ਜ਼ਰੂਰੀ ਹੋ ਗਏ। ਹੁਣ 15 ਦਿਨਾਂ ਬਾਅਦ ਡਿਊਟੀ ਲਾਓ, ਇੱਕ ਰਜਿਸਟਰ ਲਾਓ, ਉੱਥੇ ਲਿਖੋ ਕਿ ਕੈਮਰੇ ਔਰ ਜਿਹੜੇ ਅਲੱਗ ਅਲੱਗ ਕਿ ਸਾਰਾ ਕੁਛ ਤਾਲੇ ਕੈਮਰੇ ਠੀਕ ਪਾਏ ਗਏ। 15 ਦਿਨ ਜਾਂ ਹਫ਼ਤੇ ਦੀ ਇਹ ਕੰਮ ਕਰੋ, ਕਿੰਨਾ ਕੰਮ ਹੈ, 5 ਮਿੰਟ ਦਾ ਕੰਮ ਹੈ, ਅਤੇ ਜੇ ਕੈਮਰਾ ਕੋਈ ਖਰਾਬ ਹੈ ਤਾਂ ਤੁਸੀਂ ਅਤੇ ਉੱਥੇ ਨਿਗਾਹ ਰੱਖੋ। ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਸਾਨੂੰ ਕਾਫੀ ਜਿਹੜਾ ਹੈ ਜ਼ਰੂਰਤ ਹੈ ਜਿਹੜੀ ਹੈ ਮੁਸਤੈਦੀ ਵਰਤਣ ਦੀ। ਜੀ ਬਿਲਕੁਲ। ਪਲੱਸ ਹੁਣ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕੱਲ੍ਹ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੀ ਵੋਟਿੰਗ ਮੁਕੰਮਲ ਹੋਈ ਹੈ। ਕੁੱਲ 63% ਦੀ ਵੋਟਿੰਗ ਦਰਜ ਕੀਤੀ ਗਈ ਹੈ, 7 ਸੂਬਿਆਂ ਦੀ 59 ਸੀਟਾਂ 'ਤੇ ਵੋਟਿੰਗ ਹੋਏਗਾ। ਜੀ ਬਸ ਹੁਣ ਤਾਂ ਇੱਕੋ ਹੀ ਗੇਟ ਰਹਿ ਗਿਆ ਜਿਹੜਾ 19 ਮਈ ਨੂੰ ਹੋਣਾ। ਬਿਲਕੁਲ, ਪੰਜਾਬ ਅਤੇ 63% ਵੋਟ ਨੋਰਮਲ ਜਿਹੜੀ ਇੰਨੀ ਕੁ ਹੁੰਦੀ ਹੈ, ਲੇਕਿਨ ਬੰਗਾਲ ਦੇ ਵਿੱਚ ਦੋਨੇ ਗੱਲਾਂ ਵਧੀਆ ਹੋਈਆਂ, ਵੱਡੀਆਂ ਹੋਈਆਂ। ਵਧੀਆ ਤਾਂ ਨਹੀਂ ਮੈਂ ਕਹਿੰਦਾ, ਇੱਕ ਗੱਲ ਤਾਂ ਚਲੋ ਵਧੀਆ ਹੈ ਵੀ 80% ਵੋਟਿੰਗ ਹੋਈ। ਦੂਜੀ ਗੱਲ ਜਿਸਦੀ ਨਿਖੇਧੀ ਕਰੀਏ ਤਾਂ ਠੀਕ ਹੈ, ਉਹ ਹੈ ਕਿ ਹਿੰਸਾ ਉੱਥੇ ਅੱਗੇ ਨਾਲੋਂ ਵਧੀ। ਪਹਿਲਾਂ ਤਾਂ ਸਿਰਫ ਆਪਸ 'ਚ ਵਰਕਰ ਲੜਦੇ ਸੀ ਅਤੇ ਕੱਲ੍ਹ ਤਾਂ ਉੱਥੇ ਉਮੀਦਵਾਰ ਵੀ ਕੁੱਟਿਆ ਗਿਆ, ਭਾਜਪਾ ਦਾ ਉਮੀਦਵਾਰ ਕੁੱਟਿਆ ਗਿਆ, ਜਿਹੜੇ ਚੋਣ ਜਿਹੜੇ ਅਧਿਕਾਰੀ ਸੀ, ਜਿਹੜਾ ਚੋਣ ਅਮਲਾ ਸੀ, ਉਹ 'ਤੇ ਅਟੈਕ ਹੋਏ, ਤਾਂ ਇਹ ਹਿੰਸਾ ਵੀ ਉੱਥੇ ਹੋਈ। ਮੈਨੂੰ ਇਹ ਲੱਗਦਾ ਰਮਨ, ਜਿੱਥੇ ਪੋਲਿੰਗ ਜ਼ਿਆਦਾ ਆਉਂਦੀ ਹੈ, ਸਿਆਸੀ ਪੰਡਿਤ ਇਹ ਮੰਨਦੇ ਨੇ ਕਿ ਉੱਥੇ ਜਿਹੜਾ ਹੈ ਬਦਲਾਅ ਚਾਹੁੰਦੇ ਹੁੰਦੇ ਨੇ ਲੋਕ, ਜਾਂ ਤਾਂ ਉੱਥੇ ਤ੍ਰਿਮੂਲ ਕਾਂਗਰਸ ਜਿਹੜੀ ਹੈ ਮਮਤਾ ਬੈਨਰਜੀ ਦੀ, ਉਹ ਬਹੁਤ ਵੱਡੇ ਮਾਰਜ ਨਾਲ ਜਿੱਤੂ, ਜਾਂ ਫਿਰ ਇਸ ਵਾਰ ਭਾਰਤੀ ਜਨਤਾ ਪਾਰਟੀ ਆਪਦਾ ਵੱਡਾ ਜਿਹੜਾ ਹਿੱਸਾ ਲੈ ਕੇ ਨਿਕਲੂ। ਜਿਸ ਤਰੀਕੇ ਦੇ ਅਸਾਰ ਉੱਥੇ ਨਜ਼ਰ ਆ ਰਹੇ ਨੇ, ਔਰ ਇਹ ਅਸਾਰ ਇਸ ਕਰਕੇ ਵੀ ਜ਼ਿਆਦਾ ਨੇ ਕਿ ਜੇ ਕਾਂਟੇ ਦੀ ਟੱਕਰ ਹੁੰਦੀ ਹੈ ਨਾ, ਉੱਥੇ ਲੜਾਈ ਝਗੜਾ ਜ਼ਿਆਦਾ ਹੁੰਦਾ, ਅਤੇ ਬੰਗਾਲ ਦੇ ਵਿੱਚ ਹਿੰਸਾ ਵੀ ਹੋਈ ਔਰ 80% ਵੋਟਿੰਗ ਵੀ ਹੋਈ, ਪੋਲਿੰਗ ਵੀ ਹੋਈ, ਇਹ ਤਾਂ ਠੀਕ ਹੈ। ਲੇਕਿਨ ਓਵਰਆਲ ਆਪਾਂ ਜੇ ਦੇਖੀਏ ਐਡੇ ਵੱਡੇ ਲੋਕਤੰਤਰ ਦੇ ਵਿੱਚ, ਇਹ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ, ਉਹਨਾਂ ਨੂੰ ਕਾਫੀ ਹੱਦ ਤੱਕ ਅਸੀਂ ਇਸ ਕਰਕੇ ਇਗਨੋਰ ਕਰ ਦਿੰਦੇ ਹਾਂ ਕਿ ਇਹ ਹੋ ਜਾਂਦਾ। ਪਰ ਦੂਜੇ ਪਾਸੇ ਹੁਣ ਅਸੀਂ ਇਹ ਗੱਲ ਨੂੰ ਮੰਨ ਕੇ ਚੱਲੀਏ ਕਿ ਸਿਰਫ ਇੱਕ ਰਹਿ ਗਿਆ ਗੇੜ, ਅਤੇ ਸਾਡੇ ਲਈ ਉਹ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਦੇ ਜਿਹੜੀਆਂ ਵੋਟਾਂ ਨੇ ਪੈਣੀਆਂ ਨੇ 19 ਮਈ ਨੂੰ, ਅਤੇ ਸਾਨੂੰ ਉਸ ਦੀ ਉਡੀਕ ਹੈ। ਜੀ ਪਲੱਸ ਹੁਣ ਆਪਾਂ ਪੰਜਾਬ ਵੱਲ ਆ ਜਾਈਏ ਤਾਂ ਪੱਟੀ ਨੇੜੇ ਹਰਮਿੰਦਰ ਸਿੰਘ ਗਿੱਲ MLA ਦੀ ਹਾਜ਼ਰੀ ਵਿੱਚ ਕਾਂਗਰਸੀ ਆਪਸ ਵਿੱਚ ਭਿੜੇ। ਦੇਖੋ ਜਿਹੜੇ ਕਾਂਗਰਸੀ ਭਿੜ ਰਹੇ ਨੇ, ਇਹ ਇਕੱਲੇ ਉੱਥੇ ਨਹੀਂ ਭਿੜੇ, ਤੋਂ ਪਹਿਲਾਂ ਸਤਰਾਣਾ ਜਾਂ ਸਮਾਣੇ ਦੇ ਨੇੜੇ ਵੀ ਭਿੜੇ ਨੇ ਕਾਂਗਰਸੀ, ਇੱਕ ਦੂਜੇ 'ਤੇ ਬਟਾਂ ਇੱਟਾਂ ਰੋੜੇ ਚੱਲੇ ਨੇ, ਇਹ ਉਦੋਂ ਚੱਲਦੇ ਨੇ, ਉਹੀ ਗੱਲ ਉੱਥੇ ਹੋਈ ਲੱਗਦੀ ਹੈ। ਮੈਂ ਉਹ ਵੀਡੀਓ ਦੇਖੀ ਹੈ, ਦੋਨੇ ਦੇਖੀਆਂ ਨੇ, ਇੱਧਰ ਵੀ ਅਤੇ ਉੱਧਰ ਵੀ, ਅਤੇ ਉੱਥੇ ਕੁਰਸੀਆਂ ਚੱਲੀਆਂ ਨੇ, ਡਾਂਗਾਂ ਚੱਲੀਆਂ ਨੇ, ਪੱਗਾਂ ਲੈ ਗਈਆਂ। ਹਰਮਿੰਦਰ ਸਿੰਘ ਗਿੱਲ MLA ਉੱਥੇ ਖੜ੍ਹਾ ਸੀ ਅਤੇ ਉਹਦੇ ਹਾਜ਼ਰੀ 'ਚ ਸਾਰਾ ਕੁਛ ਹੋਇਆ। ਹੋਣ ਦਾ ਕਾਰਨ ਕਾਂਗਰਸੀ ਕਿਉਂ ਭਿੜੇ ਆਪਸ 'ਚ, ਕਾਂਗਰਸੀ ਇੱਥੇ ਵੀ ਅਤੇ ਉੱਥੇ ਵੀ, ਇਹ ਹੋਇਆ ਕਿ ਜਦੋਂ ਸਰਪੰਚੀ ਦੀਆਂ ਵੋਟਾਂ 'ਚ ਇਨਸਾਫ ਨਹੀਂ ਹੁੰਦਾ, ਸਰਪੰਚ ਜਦੋਂ ਬਣਾਉਣਾ ਉਸ ਵੇਲੇ ਕਿਸ ਤਰੀਕੇ ਨਾਲ ਜਿਹੜਾ ਹੈ ਉੱਥੇ ਅਨਿਆਏ ਹੋਇਆ ਲੋਕਾਂ ਨਾਲ, ਉਹ ਕਿਤੇ ਨਾ ਕਿਤੇ ਜਦ ਲੋਕ ਇਹ ਸਮਝਦੇ ਨੇ ਕਿ ਉਹਨਾਂ ਨਾਲ ਅਨਿਆਏ ਹੋਇਆ, ਜਿਹੜਾ ਸਰਪੰਚ ਬਣਿਆ ਦੂਜਾ ਸਰਪੰਚ ਨਹੀਂ ਬਣਿਆ, ਜਿਹੜਾ ਸਰਪੰਚ ਬਣ ਰਿਹਾ ਸੀ ਡਿਕਲੇਅਰ ਕਰਨਾ ਸੀ ਦੂਜੇ ਨੂੰ ਡਿਕਲੇਅਰ ਕੀਤਾ, ਲੋਕਲ MLA ਦੀ ਮਦਦ ਹੋਈ, ਲੋਕਲ ਪ੍ਰਸ਼ਾਸਨ ਨੇ ਦੂਜੇ ਬੰਦੇ ਨੂੰ ਜਿਹੜਾ ਹੈ ਪੰਚਾਇਤ ਦੀ ਇਲੈਕਸ਼ਨ 'ਚ ਮਦਦ ਕੀਤੀ, ਉੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ। ਅਤੇ ਇਹ ਘਟਨਾ ਚਾਹੇ ਇੱਥੋਂ ਦੀ ਹੈ ਜਿਹੜੀ ਸਮਾਣੇ ਦੀ ਹੈ,
ਤੇ ਚਾਹੇ ਪੱਟੀ ਦੇ ਲਾਗੇ ਜਿਹੜਾ ਹੈ ਇਸ ਪਿੰਡ ਦੀ ਹੈ ਸ਼ਾਇਦ ਬਰਗਿੰਦਪੁਰ ਮੇਰਾ ਹੁਣ ਪਿੰਡ ਪੂਰਾ ਯਾਦ ਨਹੀਂ ਉੱਥੋਂ ਦੀ ਜਿਹੜੀ ਘਟਨਾ ਹੋਈ ਹੈ ਇਹ ਉਸ ਪਾਸੇ ਨੂੰ ਲੈ ਕੇ ਜਾਂਦੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਵੀ ਬੇਇਨਸਾਫੀ ਹੋਈ ਹੈ ਉਹਨੂੰ ਇਹ ਮੌਕਾ ਲੱਭ ਰਹੇ ਨੇ ਚਾਹੇ ਉਹਨਾਂ ਦੀ ਆਪਣੀ ਪਾਰਟੀ ਦਾ ਬੰਦਾ ਕਿਉਂ ਨਾ ਹੋਵੇ ਉੱਥੇ ਫਿਰ ਉਹ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਤੋ ਇਸ ਕਰਕੇ ਕਾਂਗਰਸੀ ਉੱਥੇ ਆਪਸ 'ਚ ਭਿੜੇ ਜੀ ਬਸ ਸਭ ਗੱਲ ਚੱਲ ਰਹੀ ਹੈ ਲੋਕ ਸਭਾ ਚੋਣਾਂ ਦੀ ਤਾਂ ਪੰਜਾਬ ਦੇ 278 ਉਮੀਦਵਾਰਾਂ ਵਿੱਚੋਂ 14% ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਨੇ 6% ਉਮੀਦਵਾਰ ਕੋਰੇ ਅਨਪੜ੍ਹ ਨੇ ਇਸ ਬਾਰੇ ਸਾਡੇ ਵੋਟਰਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕੀ ਕਹੋਗੇ ਤੁਸੀਂ ਜੀ ਜਾਣਕਾਰੀ ਹੋਏਗੀ ਅਪਰਾਧ ਬਾਰੇ ਤਾਂ ਪੱਕਾ ਹੋਏਗੀ ਅੱਜ ਜਦੋਂ ਸਵੇਰੇ ਮੈਂ ਆ ਰਿਹਾ ਸੀ ਤਾਂ ਮੈਨੂੰ ਇੱਕ ਉਮੀਦਵਾਰ ਦੇ ਪਤੀ ਦਾ ਫੋਨ ਆਇਆ ਕਹਿੰਦੇ ਜੀ ਅਸੀਂ ਜਿਹੜਾ ਹੈ ਐਡ ਦੇਣੀ ਹੈ ਮੈਂ ਕਿਹਾ ਮੈਨੂੰ ਪਤਾ ਸੀ ਪਰ ਮੈਂ ਮੂੰਹੋਂ ਸੁਣਨਾ ਚਾਹੁੰਦਾ ਸੀ ਮੈਂ ਕਾਹਦੀ ਐਡ ਦੇਣੀ ਹੈ ਤੁਸੀਂ ਕਹਿੰਦੇ ਜੀ ਸਾਡੇ 'ਤੇ ਜਿਹੜੇ ਕ੍ਰਿਮੀਨਲ ਕੇਸ ਚੱਲਦੇ ਨੇ ਇਲੈਕਸ਼ਨ 'ਚ ਉਹ ਦੇਣਾ ਜ਼ਰੂਰੀ ਕੀਤਾ ਚੋਣ ਕਮਿਸ਼ਨ ਨੇ ਸੋ ਹੁਣ ਟੀ ਵੀ 'ਚ ਵੀ ਅਤੇ ਅਖਬਾਰ 'ਚ ਵੀ ਉਹਨਾਂ ਨੂੰ ਐਡ ਦੇਣੀ ਪੈਣੀ ਹੈ ਲੋਕਾਂ ਨੂੰ ਇਹਦਾ ਪਤਾ ਹੋਣਾ ਚਾਹੀਦਾ ਬਿਲਕੁਲ ਹੁਣ 278 ਦੇ ਵਿੱਚੋਂ 14% ਜਿਹੜੇ ਨੇ ਉਹਨਾਂ ਦੇ ਅਪਰਾਧਿਕ ਤਕਰੀਬਨ 39 ਬੰਦਿਆਂ ਦੇ ਅਪਰਾਧਿਕ ਮਾਮਲੇ ਨੇ ਅਕਾਲੀ ਦਲ ਦੇ 7 ਬੰਦੇ ਨੇ ਜਿਨ੍ਹਾਂ 'ਤੇ ਹੈਗੇ ਨੇ ਔਰ ਕਾਂਗਰਸ ਦੇ 3 ਨੇ ਆਪ ਆਦਮੀ ਦੇ ਵੀ 3 ਨੇ ਤਾਂ ਬਾਕੀ ਜਿਹੜੇ ਹੈਗੇ ਨੇ ਉਹਨਾਂ 'ਚੋਂ ਜਿਹੜੇ ਖਾਸ ਤੌਰ 'ਤੇ ਆਜ਼ਾਦ ਖੜ੍ਹ ਜਾਂਦੇ ਨੇ ਉਹਨਾਂ 'ਤੇ ਵੀ ਕਈਆਂ 'ਤੇ ਕੇਸ ਚੱਲ ਰਹੇ ਨੇ ਜਿਹੜੀ ਖਾਸ ਹੈ ਇਹ ਰਿਪੋਰਟ ਜਿਹੜੀ ਉਹਨਾਂ 'ਚੋਂ ਇਹ ਵੀ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਤੁਹਾਡੇ 'ਤੇ ਰਾਜ ਕਰਨੇ ਨਾ ਉਹ ਪੜ੍ਹੇ ਲਿਖੇ ਕਿੰਨੇ ਕੁ ਨੇ ਬਿਲਕੁਲ ਉਹਨਾਂ 'ਚ ਤੁਸੀਂ ਹੈਰਾਨ ਹੋਵੋਗੇ ਕਿ 18 ਬੰਦੇ ਤਾਂ ਕੋਰੇ ਅਨਪੜ੍ਹ ਨੇ ਉਹਨਾਂ ਨੂੰ ਉਹਨਾਂ ਦੀ ਲਿਆਕਤ ਜਿਹੜੀ ਹੈ ਉਹ ਤਜਰਬੇ 'ਚੋਂ ਉਹਨਾਂ ਨੇ ਸਿੱਖੀ ਹੋਏਗੀ ਜੇ ਉਹਨਾਂ ਨੇ ਸਾਡੇ 'ਤੇ ਰਾਜ ਕਰਨਾ ਤਜਰਬੇ 'ਚੋਂ ਕਰਨਗੇ ਲੇਕਿਨ ਉਹਨਾਂ ਨੂੰ ਉਹਨਾਂ ਦੀ ਕੋਈ ਡਿਗਰੀ ਕੋਈ 8ਵੀਂ 10ਵੀਂ ਦਾ ਸਰਟੀਫਿਕੇਟ ਵੀ ਨਹੀਂ ਉਹਨਾਂ ਕੋਲ ਲੇਕਿਨ 149 ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਪੜ੍ਹੇ ਲਿਖੇ ਨੇ ਕਿੰਨੇ ਪੜ੍ਹੇ ਲਿਖੇ ਨੇ ਇਹ ਕਮਾਲ ਦੀ ਗੱਲ ਹੈ ਉਹ 8ਵੀਂ 10ਵੀਂ ਅਤੇ 12ਵੀਂ ਨੇ ਅਤੇ 95 ਜਿਹੜੇ ਐਸੇ ਨੇ ਜਿਹੜੇ ਬੀ ਏ ਤੱਕ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਮੈਨੂੰ ਇਉਂ ਲੱਗਦਾ ਕਿ ਪੜ੍ਹੇ ਲਿਖੇ ਲੋਕਾਂ ਦਾ ਜਿਹੜਾ ਇੱਥੋਂ ਇਹ ਡਾਟਾ ਇਹ ਕਹਿੰਦਾ ਇਹ ਅੰਕੜਾ ਇਹ ਕਹਿੰਦਾ ਕਿ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹ ਸਿਆਸਤ ਤੋਂ ਦੂਰ ਜਾ ਰਹੇ ਨੇ ਮਗਰ ਉਹ ਸਿਆਸੀ ਤੌਰ 'ਤੇ ਜਾਂ ਤਾਂ ਉਹ ਇਲੈਕਸ਼ਨ ਲੜਨ ਦੇ ਮੂਡ 'ਚ ਨਹੀਂ ਹੁੰਦੇ ਜਾਂ ਉਹ ਇਹ ਗੇਮ 'ਚ ਨਹੀਂ ਪੈਣਾ ਚਾਹੁੰਦੇ ਜਾਂ ਉਹਨਾਂ ਕੋਲ ਇੰਨਾ ਪੈਸਾ ਨਹੀਂ ਲਗਭਗ ਇਹ 3 ਗੱਲਾਂ ਵੀ ਹੋ ਸਕਦੀਆਂ ਨੇ ਇਹ ਇਹ ਵੀ ਆਪਾਂ ਮੰਨ ਕੇ ਚੱਲੀਏ ਕਿਉਂਕਿ ਜਿਹੜਾ ਪੜ੍ਹਿਆ ਲਿਖਿਆ ਉਹ ਨੌਕਰੀ ਵੱਲ ਨੂੰ ਜ਼ਿਆਦਾ ਧਿਆਨ ਜ਼ਿਆਦਾ ਪੜ੍ਹਿਆ ਲਿਖਿਆ ਹੁਣ ਜਿਹੜੇ ਅੱਜ ਦੇ ਹਾਲਾਤ 'ਚ ਤਾਂ PhD ਵੀ ਜਿਹੜੇ ਉਹ ਜੇ ਕਿਤੇ ਸਰਕਾਰੀ PN ਦੀ ਨੌਕਰੀ ਨਿਕਲੇ ਅਤੇ ਸੈਂਕੜੇ ਬੰਦੇ ਜਿਹੜੇ ਅਪਲਾਈ ਕਰਦੇ ਨੇ MA ਅਤੇ PhD MTech ਅਤੇ ਹੁਣ ਇਹ ਜਿਹੜੇ 10ਵੀਂ 10ਵੀਂ 12ਵੀਂ ਨੂੰ ਕਿੰਨਾ ਕੁ ਅਸੀਂ ਪੜ੍ਹਿਆ ਲਿਖਾਈ ਮੰਨਦੇ ਹਾਂ ਤਾਂ ਇਹ ਆਉਂਦੇ ਨੇ ਇੱਕ ਗੱਲ ਹੋਰ ਇਹ ਡਾਟੇ 'ਚ ਹੈ ਕਿ ਜ਼ਿਆਦਾਤਰ ਜਿਹੜੇ ਸਾਡੇ ਉਮੀਦਵਾਰ ਨੇ ਉਹ ਕਰੋੜਪਤੀ ਨੇ ਸਿਰਫ ਆਜ਼ਾਦ ਉਮੀਦਵਾਰਾਂ ਨੇ ਜਿਹੜਾ ਆਪਣਾ ਹਲਫਨਾਮੇ 'ਚ ਦੱਸਿਆ ਕਿ ਉਹਨਾਂ ਕੋਲ ਜਿਹੜੀ ਘੱਟ ਇਨਕਮ ਹੈ ਲੇਕਿਨ ਜ਼ਿਆਦਾ ਗਿਣਤੀ 'ਚ ਜਿਹੜੇ ਉਹ ਕਰੋੜਪਤੀ ਨੇ ਸਭ ਤੋਂ ਜ਼ਿਆਦਾ ਅਮੀਰ ਹਰਸਿਮਰਤ ਅਤੇ ਸੁਖਵੀਰ ਸਿੰਘ ਬਾਦਲ ਨੇ ਜਿਹਨਾਂ ਕੋਲ 214 ਕਰੋੜ ਹੈ ਅਤੇ ਉਦੋਂ ਨੰਬਰ 2 'ਤੇ ਅਜੇ ਦਿਓਲ ਆਉਂਦਾ ਹੈ ਜਿਹਨੂੰ ਸਨੀ ਦਿਓਲ ਕਹਿੰਦੇ ਅਜੇ ਸਿੰਘ ਧਰਮਿੰਦਰ ਦਿਓਲ ਜੇ ਧਰਮਿੰਦਰ ਦੀ ਵੀ ਨਾਲ ਵਾਲੀਏ ਤਾਂ ਫਿਰ ਉਹ ਇਹਨਾਂ ਤੋਂ ਵੀ ਅੱਗੇ ਟੱਪ ਜਾਂਦਾ ਅਤੇ ਇਕੱਲਾ ਸਨੀ ਦਿਓਲ ਕੋਲ ਜਿਹੜੀ ਇਨਕਮ ਸੋ ਜਿਹੜੀ ਇਹ ਇਨਕਮ ਹੈ ਵਾਰ ਵਾਰ ਕਹਿਣਾ ਜੇ ਆਪਾਂ ਊਂ ਇਨਕਮ ਦੇ ਦੂਜਾ ਮਾਪਦੰਡ ਲਾਈਏ ਤਾਂ ਕੇਵਲ ਸਿੰਘ ਢਿੱਲੋਂ ਇਹਨਾਂ ਤੋਂ ਉਹਨਾਂ 'ਚ ਨੰਬਰ 1 ਹੈ ਜਿਨ੍ਹਾਂ ਨੇ ਇਨਕਮ ਟੈਕਸ ਸਭ ਤੋਂ ਜ਼ਿਆਦਾ ਦਿੱਤਾ ਮਤਲਬ 2 ਕਰੋੜ ਤੋਂ ਵੱਧ ਇਨਕਮ ਟੈਕਸ ਦੇਣ ਵਾਲਿਆਂ 'ਚੋਂ ਕੇਵਲ ਸਿੰਘ ਢਿੱਲੋਂ ਇਹਦਾ ਮਤਲਬ ਉਹਦੇ ਕੋਲ ਵੀ ਪੈਸਾ ਬਹੁਤ ਹੈ ਸੋ ਪੈਸੇ ਦੇ ਮਾਮਲੇ ਦੇ ਵਿੱਚ ਕਾਂਗਰਸੀ ਅਕਾਲੀ ਇੱਕ ਦਾ ਆਮ ਆਦਮੀ ਪਾਰਟੀ ਦਾ ਇਹ ਜਿਹੜੇ ਨੇ ਜਾਂ ਜਿਵੇਂ ਸੁਖਪਾਲ ਖਹਿਰੇ ਵਰਗੇ PDA ਵਾਲੇ ਇਹ ਨਹੀਂ ਕਿ ਸਾਰੇ ਇਹ ਕਰੋੜਪਤੀ ਤਾਂ ਲਗਭਗ ਅੱਜ ਕੱਲ੍ਹ ਐਂ ਲੱਗਦਾ ਕਿ ਪੈਸੇ ਦੀ ਕੀਮਤ ਕਰੋੜ ਤਾਂ ਜਿਹਦੇ ਕੋਲ 1 ਤੋਂ ਵੱਧ ਕਰੋੜ ਤਾਂ ਉਹਨੂੰ ਕਰੋੜਪਤੀ ਕਹਿ ਦਾਂਗੇ ਆਪਾਂ ਲੇਕਿਨ ਜਿਹਨਾਂ ਕੋਲ ਪੈਸਾ ਖੁੱਲ੍ਹਾ ਸ਼ਾਇਦ ਇਸੇ ਕਰਕੇ ਅਨਪੜ੍ਹ ਬੰਦੇ ਆਉਣੇ ਸ਼ੁਰੂ ਹੋ ਗਏ ਇਹ ਵੀ ਗੱਲ ਹੈ ਦੂਜੀ ਗੱਲ ਇਹ ਵੀ ਹੈ ਕਿ ਜ਼ਿਆਦਾ ਜਿਹੜੇ ਜਦੋਂ ਆਪਾਂ ਏਜ ਗਰੁੱਪ ਦੇਖਦੇ ਹਾਂ 71 ਸਾਲ ਤੱਕ ਹੈ
लेकिन ये भी नहीं कि 71 साल ये लगता है। 93 साल के बादल साहब जे चोण प्रचार कर लगे ने, हालांकि मैं समझदा कि बादल साहब तो यकीन करना बनता है कि जो कहे इस उम्र सच कहे, पर उन्होंने एक बार कहा कि मैं तो हूँ बहुत थक गया, मैं बड़ी सियासत कर ली, मैं नहीं हूँ सियासत जाना, तो हूँ वह थां थां प्रचार भी कर रहे हैं। तो हो सकता है जे 22 तक बादल साहब की सेहत ठीक रही वो अगले इलैक्शन दे विच एक जिहड़ा है तैयारी भी कर लैन, मुख्यमंत्री की भी तैयारी कर लैन। तो असीं तां कहिंदे आ कि रिकॉर्ड बनूगा जे मतलब उस पासे नूं जांदे ने, रिकॉर्ड तो हुण ही बन गया भी 93 साल का बजुर्ग जिहड़ा है वह वाराणसी जाके आशीर्वाद दे रहा मोदी नूं, ठीक है जी, तो कदे अहमदाबाद जां गांधीनगर जा रहे हैं। तो ये जिहड़ा कुछ है ये डाटा जिहड़ा है ये लोगों नूं समझ लेना चाहिए, क्योंकि तुसीं अपने लोगों का जिन्हां नूं वोट पाउणी है उहदा किरदार देखना हुंदा है, वो ये जिहड़ा डाटा है उहदे तुहानूं जिहड़ा है किरदार दिखाएगा। अज लगभग बहुत सारे अखबारों ने इस नूं छापिया दिता है, पता होना चाहिए कि किन्ने कु बंदे अनपढ़ ने, किन्ने 12वीं पास ने, किन्ने जिहड़े ने उह बीए तो उत्ते ने। लेकिन वो जिहड़ा पहला जिवें एक डॉक्टर चीमा सी, इस बार उस किस्म के जिहड़े मैं तो लभ रहा सी, कोई PhD मिल रहा है, कोई ज़्यादा पढ़े लिखे मिल रहा है, पता नहीं इस बार उत्थे इसे कारण ही शायद ये जिहड़ा है लड़ाई झगड़े चलते हैं। मजीठिया उच्ची सुर दे विच कह रहे है, हरदीप पूरी उच्ची सुर च कह रहे हैं, औजला साहब अंग्रेजी का तुहानूं दो अक्खर नहीं आउंदी, तुसीं उत्थे जाके की बोलोगे, वो इसे करके फिर अटैक हो रहे हैं। तो इसे करके चाहे हंसराज हंस है, इसे सियासत के नॉलेज करके सनी देओल भी बेचारे, सनी देओल भी 12वीं कोई है पढ़े नहीं, वो तो दूजे पासे चले गए। सो ये डाटा जिहड़ा है वो काफ़ी हैल्पफुल होएगा थोनू अपने किरदारा अपने उम्मीदवारों के किरदार देखने लिए, तो थोड़ू वोट पाने लिए कि किनू वोट पानी है चुनने लिए। जी बिल्कुल, वोटरों नू जागरूक होना जिहड़ा बहुत जरूरी है। तो वाले साहब आप अगली खबर लीए तो नरेंद्र मोदी राहुल गांधी तो केजरीवाल ने हुण पंजाब वाल मुका लिया, चोण मुहिम सिखरां ते जा रही है, सिखरां वाल नूं बदनी है क्योंकि टाइम जिहड़ा हुण कल्ला पंजाब दे 13 सीटां 19 नूं पैणे ने, लास्ट गेट है, तो आना ही अज दोने आ रहे हैं, अज राहुल गांधी भी आ रहा है, नरेंद्र मोदी तो खैर दूजी बार आ रहे, पहला उत्थे आए सी, अज उन्होंने बठिंडे आना, बठिंडे दे विच हरसिमरत कौर की मदद लई आना, तो कल मायावती जिहड़ी है PDF वालों हुशियारपुर च बहुत बड़ी रैली सी, तो कट्ठ बहुत PDF ने चंगा कट्ठ किया, BSP और 7 पार्टियां ने, यह सारे खब्बे पक्के भी इन्हां नाल ने, तो सारे हुण इधर नूं आ रहे हैं। केजरीवाल ने हुण 17 तक इत्थे ही आना, अज रोड शो करना है। सो केजरीवाल, राहुल गांधी और नरेंद्र मोदी, मायावती शायद एक कोई रैली सी उन्हां दी, वो आपदी करके चले गए। ये जिहड़े बड़ी लीडरशिप है, नैशनल लीडरशिप है, वो पंजाब वालों मूव कर रही है, करना भी चाहिए। तो मोदी साहब तो फिर भी अज भी आना, उन्होंने 17 नूं भी आना है, तो बड़िया बड़िया रैलियां ते, पर एक गल दर्शकों नूं भी पता है, सब नूं पता है, गल्लां उही होणियां ने। मोदी साहब ने राष्ट्रवाद की गल करनी है, कोई मुद्दे की गल नहीं करनी, राष्ट्रवाद की गल करनी है, एक दूजे के अटैक करने ने, और बादल साहब की प्रेज करनी है, बादल साहब ने उन्हें प्रेज करनी है, राहुल गांधी ने चौकीदार है चोर कहना है वह भी करना है, और केजरीवाल ने दोनों से अटैक करने ने। लोगों तो याद भी हो गए भाषण भी इन्होंने किसी ने की कहना है, ये सब नूं पता है, जिवें नवजोत सिंह सिद्धू दे शेर याद हो गए उवें यह सारा कुछ लोगों नूं याद है, लेकिन किन्ने कहे वोटां च तब्दील करते ने यह समा दसूगा। बिल्कुल जी, वाले साहब धर्मिंदर अपने बेटे सनी देओल चोन प्रचार कर रहे हैं, तो उन्होंने कहना है कि वह पैसा कमाने लिए सेवा नहीं कर रहे। देखो दो तीन गल्लां मैं प्यो पुत दीआं मनदा, एक तो प्यो पुत मनी जाते हैं कि सानू सियासत नहीं आती, यह चंगी गल है कि वह ड्रामा नहीं करते। जदों सुनील जाखड़ ने कहा ना कि आओ मेरे नाल बहस करे ये सनी देओल, वो कहते मैनू तो सियासत आती, मैं की बहस करूँ, बहस तो कह जी वो तो हम पुराने लीडर ने ते वो आ जा जित जाएंगे। धर्मिंदर भी उही कह रहा, उहदा पुत भी यही कह रहा कि सानू आउंदी नहीं सियासत, असीं इत्थे आए हैं, असीं तां सेवा करने आए हैं, तो लोग हुण
ਉਹਨਾਂ ਦੇ ਮੂੰਹ ਤੇ ਚਾਹੇ ਨਹੀਂ ਉਹ ਤਾਂ ਮੂੰਹ ਤੇ ਵੀ ਪੁੱਛਣ ਲੱਗ ਗਏ ਲੋਕ ਸਵਾਲ ਕਿ ਬੀਕਾਨੇਰ ਕਿੰਨੀ ਕੁ ਸੇਵਾ ਕੀਤੀ ਸੀ ਧਰਮਿੰਦਰ ਜੀ ਤੁਸੀਂ ਜਿਹੜੀ ਇੱਥੇ ਕਰੋਗੇ ਔਰ ਜਦੋਂ ਉਹਨਾਂ ਨੂੰ ਇਹ ਸਵਾਲ ਕੀਤੇ ਜਾਂਦੇ ਨੇ ਕਿ ਸਿਆਸਤ ਜੇ ਤੁਸੀਂ ਆਏ ਹੋ ਥੋੜ੍ਹਾ ਬਹੁਤ ਸਿਆਸਤ ਬਾਰੇ ਤਾਂ ਪਤਾ ਹੋਵੇ ਇਹ ਤਾਂ ਪਤਾ ਹੋਵੇ ਬਾਲਾਕੋਟ 'ਚ ਕੀ ਹੋਇਆ ਜਿਹਦੇ ਲਈ ਤੁਸੀਂ ਇੱਕ ਬੋਰਡ ਤਿਆਰ ਕਰ ਰਹੇ ਹੋ ਵੀ ਹੱਥ ਖੜੇ ਕਰ ਰਹੇ ਨੇ ਪ੍ਰਧਾਨ ਮੰਤਰੀ ਬਣਾਉਣ ਲਈ ਅਤੇ ਜਾਂ ਤੁਹਾਨੂੰ ਘੱਟੋ ਘੱਟ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤਾਂ ਪਤਾ ਹੋਵੇ ਵਾਰਦਾਨਾ ਕੀ ਹੁੰਦਾ ਤੋ ਇਹ ਵੀ ਨਹੀਂ ਪਤਾ ਅਤੇ ਧਰਮਿੰਦਰ ਤਾਂ ਤੂੰ ਅੱਗੇ ਵੀ ਗੱਲ ਕਰਤੀ ਕਹਿੰਦਾ ਮੈਨੂੰ ਤਾਂ ਬਈ ਭਾਸ਼ਣ ਵੀ ਨਹੀਂ ਦੇਣਾ ਆਉਂਦਾ ਮੈਂ ਤਾਂ ਸਿੱਧਾ ਸਾਧਾ ਬੰਦਾ ਮੇਰਾ ਖਿਆਲ ਹੈ ਕਿ ਇਹ ਇਸ ਜਿਹੜਾ ਉਹਨਾਂ ਦਾ ਇਹ ਐਕਸ਼ਨ ਹੈ ਇਹਦੇ ਰਾਹੀਂ ਉਹ ਆਪਣੇ ਆਪ ਨੂੰ ਇਹ ਸਿੱਧ ਕਰਕੇ ਕਿ ਅਸੀਂ ਤਾਂ ਬਹੁਤ ਸਿੱਧੇ ਸਾਧੇ ਹਾਂ ਔਰ ਸਾਨੂੰ ਵੋਟਾਂ ਪਾਓ ਇਹ ਗੱਲ ਕਰ ਰਹੇ ਨੇ ਉਹ ਸਿਆਸੀ ਤੌਰ 'ਤੇ ਧਰਮਿੰਦਰ ਜਿਹੜਾ ਹੈ ਜਾਂ ਸੱਚ ਬੋਲ ਰਿਹਾ ਜਾਂ ਇਹ ਵੀ ਸਿਆਸਤ ਆ ਕਿ ਸਾਨੂੰ ਸਿਆਸਤ ਬਾਰੇ ਕੁਛ ਨਹੀਂ ਪਤਾ ਲੇਕਿਨ ਲੱਗਿਆ ਹੋਇਆ ਜਿਹੜਾ ਹੈ ਧਰਮਿੰਦਰ ਆਪਣੇ ਪੁੱਤ ਦੀ ਕੰਪੇਨ ਦੇ ਵਿੱਚ ਦੇਖੋ ਕੀ ਬਣਦਾ ਬਿਲਕੁਲ ਜੀ ਵਾਲਾ ਸਾਹਿਬ ਹੁਣ ਆਪਾਂ ਗੱਲ ਕਰ ਰਹੇ ਸੀ ਪੰਜਾਬ ਦੀ ਤਾਂ ਪੰਜਾਬ ਦੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਤਰਨ ਤਾਰਨ ਦੇ ਪਿੰਡ ਮਰਗਿਨਪੁਰਾ ਵਿੱਚ ਨਾੜ ਦੀ ਅੱਗ ਵਿੱਚ ਡਿੱਗਣ ਕਾਰਨ ਇੱਕ ਕਿਸਾਨ ਜ਼ਿੰਦਾ ਸੜਿਆ ਇਹਨਾਂ ਦਿਨਾਂ 'ਚ ਅੱਗ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਇਹ ਗੱਲ ਪਹਿਲਾਂ ਵੀ ਅਸੀਂ ਕਈ ਵਾਰੀ ਕੀਤੀ ਹੈ ਕਿ ਅੱਗ ਲੱਗਦੀ ਹੈ ਅੱਗ ਲੱਗਣ ਦੇ ਅਲੱਗ ਅਲੱਗ ਕਾਰਨ ਹੁੰਦੇ ਨੇ ਪਰ ਜਿਹੜਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਤੂੜੀ ਦਾ ਨੁਕਸਾਨ ਤਾਂ ਹੋਣਾ ਹੀ ਹੁੰਦਾ ਬਹੁਤ ਬਹੁਤ ਫਸਲ ਵੀ ਜਲ ਜਾਂਦੀ ਹੈ ਹੁਣ ਇੱਥੇ ਵੀ ਇਹੀ ਗੱਲ ਹੋਈ ਅੱਗ ਲੱਗੀ ਅਤੇ ਇਹ ਬੰਦਾ ਮੋਟਰਸਾਈਕਲ 'ਤੇ ਸੀ ਕਿਤੇ ਪਤਾ ਲੱਗਿਆ ਕਿ ਖੇਤ ਨੂੰ ਅੱਗ ਲੱਗ ਗਈ ਇਹ ਸਿੱਧਾ ਰਾਤ 7 ਵਜੇ 7:30 ਮੂਹਰੇ ਰਾਤ ਸੀ ਇਹ ਸਿੱਧਾ ਉੱਥੇ ਪਹੁੰਚਿਆ ਆਪਣੇ ਖੇਤ ਵੱਲ ਨੂੰ ਹੁਣ ਉੱਥੇ ਧੂੰਆਂ ਸੀ ਹਨੇਰਾ ਹੋ ਰਿਹਾ ਸੀ ਇਹਨੂੰ ਪਤਾ ਹੀ ਨਹੀਂ ਲੱਗਿਆ ਇਹ ਅੱਗ 'ਚ ਜਾ ਡਿੱਗਿਆ ਮੋਟਰਸਾਈਕਲ ਅਤੇ ਦੂਜੇ ਦਿਨ ਲਾਸ਼ ਹੀ ਮਿਲੀ ਅੱਧ ਜਲੀ ਅਤੇ ਮੋਟਰਸਾਈਕਲ ਉੱਥੇ ਤੋ ਦੁੱਖ ਦੀ ਗੱਲ ਹੈ ਕਿ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਇਹਨਾਂ ਦਿਨਾਂ 'ਚ ਹੁੰਦੀਆਂ ਨੇ ਅਤੇ ਅਸੀਂ ਲਗਾਤਾਰ ਅਵੇਅਰ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰਕਾਰਾਂ ਨੂੰ ਵੀ ਤਾਂ ਚਾਹੀਦਾ ਕੁਛ ਨਾ ਕੁਛ ਇਸ ਤਰ੍ਹਾਂ ਦੇ ਜਿਹੜੇ ਬਣਾ ਕੇ ਰੱਖੇ ਪਿੰਡਾਂ ਦੇ ਵਿੱਚ ਜਾਵੇ ਖੇਤੀਬਾੜੀ ਮਹਿਕਮਾ ਦੱਸੇ ਲੋਕਾਂ ਨੂੰ ਜਾ ਕੇ ਮਿੱਟੀ ਉੱਥੇ ਨੇੜੇ ਤੇੜੇ ਕੁਛ ਤਾਂ ਐਸੇ ਹੋਣੇ ਚਾਹੀਦੇ ਨੇ ਕਿ ਜਿਨ੍ਹਾਂ ਨਾਲ ਇਹ ਅੱਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਬਹੁਤ ਦੁੱਖ ਦੀ ਗੱਲ ਹੈ ਕਿ ਹਰ ਰੋਜ਼ ਅਸੀਂ ਐਸੀਆਂ ਖਬਰਾਂ ਸੁਣਦੇ ਹਾਂ ਇਹ ਖਬਰ ਤਾਂ ਬੜੀ ਅਜੀਬ ਸੀ ਕਿ ਬੰਦਾ ਜਿਉਂਦਾ ਜਲ ਜੇ ਅੱਗ ਦੇ ਵਿੱਚ ਪਰ ਦੁੱਖ ਦੀ ਗੱਲ ਹੈ ਹੋਇਆ ਹੈ ਘਟਨਾ ਵਾਪਰੀ ਉੱਧਰ ਕੀਰਤਪੁਰ ਸਾਹਿਬ ਨੇੜੇ ਵਾਪਰੇ ਸੜਕ ਹਾਦਸੇ ਵਿੱਚ 2 ਸਕੀਆਂ ਭੈਣਾਂ ਦੀ ਮੌਤ ਦੀ ਖਬਰ ਹੈ ਪੰਜਾਬ ਤਾਂ ਹੁਣ ਜਿਹੜੇ ਖੂਨੀ ਸੜਕਾਂ ਜਿਹਨੂੰ ਕਹਿੰਦੇ ਆ ਨਾ ਸੱਚਮੁੱਚ ਹੀ ਹਰ ਰੋਜ਼ ਕਦੇ 2 ਦਿਨ ਪਹਿਲਾਂ ਅਸੀਂ 3 ਭਰਾ ਮਰਨ ਦੀ ਜਿਹੜੇ ਆ ਰਹੇ ਸੀ ਮੋਦੀ ਦੀ ਰੈਲੀ ਤੋਂ ਅਤੇ ਬਹੁਤ ਸਾਰੇ ਜਿਹੜੇ ਹੈ ਉਹ ਪੀਰ ਤੋਂ ਆ ਰਹੇ ਦੇਖ ਲਓ ਇੱਕ ਟਰੱਕ ਦੇ ਵਿੱਚ ਕਿੰਨੇ ਬੰਦੇ ਪਿਕਅਪ ਦੇ ਵਿੱਚ ਮਾਰੇ ਗਏ ਹਰ ਰੋਜ਼ ਅਸੀਂ ਖਬਰਾਂ ਇਹ ਲੈਂਦੇ ਹਾਂ ਅਤੇ ਇਹ ਚੱਲਦਾ ਰਹਿੰਦਾ ਬਸ ਇੱਕ ਖਬਰ ਬਣ ਕੇ ਰਹਿ ਜਾਂਦੀ ਸੁਰਖੀ ਬਣਦੀ ਹੈ ਅਤੇ ਕੋਈ ਕਿਸੇ ਕਿਸਮ ਦਾ ਹਰ ਥਾਂ 'ਤੇ ਹੁੰਦਾ ਲੇਕਿਨ ਕਿਸੇ ਕਿਸਮ ਦੀ ਕੋਈ ਉਸ ਤਰ੍ਹਾਂ ਦੀ ਸਰਕਾਰ ਵੱਲੋਂ ਮੈਨੂੰ ਤਾਂ ਘੱਟੋ ਘੱਟ ਇੰਨੇ ਸਾਲ ਹੋ ਗਏ ਇਹ ਪੱਤਰਕਾਰੀ ਦੇ ਵਿੱਚ ਹਰ ਰੋਜ਼ ਖਬਰਾਂ ਪੜ੍ਹਦੇ ਦੀ ਕਿ ਉਹਨਾਂ ਦਾ ਕੋਈ ਖਾਸ ਕੋਈ ਸਾਵਧਾਨੀ ਵਰਤੀ ਹੋਵੇ ਹੁਣ ਇਹ ਵੀ ਇਹ ਹੋਇਆ ਸਕੀਆਂ ਭੈਣਾਂ ਇੱਕੋ ਥਾਂ 'ਤੇ ਪੈ ਗਈਆਂ ਦੋਨੇ ਇੱਕ 22 ਸਾਲ ਦੀ 26 ਸਾਲ ਦੀ ਹੈ ਪੂਰਾ ਘਰ ਹੀ ਤਬਾਹ ਹੋ ਗਿਆ ਪਿੱਛੇ ਬੈਠੀਆਂ ਸੀ ਸਵੀਟ ਕਾਰ ਦੇ ਪਿੱਛੋਂ ਆ ਕੇ ਕਿਸੇ ਨੇ ਮਾਰੀ ਮਰ ਗਿਆ ਔਰ ਨਾਲ ਹੀ ਇੱਕ ਹੋਰ ਹੋਇਆ ਮਤਲਬ ਚੋਣ ਰਿਹਰਸਲ 'ਤੇ ਜਾ ਰਿਹਾ ਸੀ ਕੋਆਪਰੇਟਿਵ ਬੈਂਕ ਦਾ ਕਲਰਕ ਹੁਣ ਜਾਣਾ ਰਿਹਰਸਲ 'ਤੇ ਟਾਈਮ 'ਤੇ ਪਹੁੰਚਣਾ ਸਰਕਾਰ ਵੱਲੋਂ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਰਿਹਰਸਲਾਂ ਕਰੋ ਪ੍ਰਬੰਧ ਕਿੰਨੇ ਕਿੰਨੇ ਆਪਾਂ ਨੂੰ ਪਤਾ ਅਤੇ ਬੱਸ 'ਤੇ ਖੜ੍ਹਾ ਸੀ ਅਤੇ ਸੜਕਾਂ ਸਾਡੀਆਂ ਹਾਲੇ ਦਾਅਵੇ ਹੋ ਰਹੇ ਨੇ ਕਿ ਠੀਕ ਹੋ ਗਈਆਂ ਬਿਲਕੁਲ ਜੀ ਲੇਕਿਨ ਉਹ ਕਿਤੇ ਟੋਏ ਦੇ ਵਿੱਚ ਸੜਕ ਉੱਛਲੀ ਬੱਸ ਉਹ ਥੱਲੇ ਜਾ ਡਿੱਗਿਆ ਸਿਰ ਥੱਲੇ ਲੱਗਿਆ ਮੌਕੇ 'ਤੇ ਮੌਤ ਹੋ ਗਈ ਇਹ ਕੱਲ੍ਹ ਦੀ ਘਟਨਾ ਮਤਲਬ ਹਰ ਰੋਜ਼ ਇਹੋ ਜਿਹਾ ਕੁਛ ਹੋ ਰਿਹਾ ਅਤੇ ਲੋਕ ਸੱਚਮੁੱਚੀ ਮੈਂ ਤਾਂ ਸਲਾਹ ਦੇਊਂਗਾ ਕਿ ਜੇ ਤੁਸੀਂ ਹਿੰਦੁਸਤਾਨ 'ਚੋਂ ਜੇ ਤੁਸੀਂ ਬਾਹਰੋਂ ਆਏ ਹੋ ਪੰਜਾਬ 'ਚੋਂ ਤਾਂ ਆਪਣੇ ਬਚਾਅ ਦੇ ਵਿੱਚ ਹੀ ਬਚਾਅ ਹੈ ਅਦਰਵਾਈਜ਼ ਇੱਥੇ ਕੋਈ ਸੜਕ ਦਾ ਰੂਲ ਨਹੀਂ ਹੈ ਕੋਈ ਟ੍ਰੈਫਿਕ ਰੂਲ ਇੱਥੇ ਫਾਲੋ ਨਹੀਂ ਕਰਦਾ ਜੇ ਤੁਸੀਂ ਫਾਲੋ ਕਰਦੇ ਹੋ ਮਾਰੇ ਜਾ ਸਕਦੇ ਹੋ ਤੁਸੀਂ ਆਪਣੇ ਬਚਾਅ 'ਚ ਬਚਾਅ ਰੱਖੋ
चाहे वह रूल के हक च है रूल के मुताबिक है या रूल के विरोध च है जी। ਸੋ ਹੁਣ ਆਪਾਂ ਵਿਦੇਸ਼ ਵੱਲ ਰੁਕ ਕਰੀਏ ਤਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੈਰਾਮਾਊਂਟ ਬੁਲੇਵਰਡ ਨੇੜੇ ਪੰਜਾਬੀ ਮੂਲ ਦੇ ਅਮਰੀਕੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਂਜੀ, ਇਹ ਕਿਸੇ ਲਿਕੁਅਰ ਸਟੋਰ ਦੇ ਵਿੱਚ ਬੰਦਾ ਕੰਮ ਕਰਦਾ ਸੀ, 44 ਵਰ੍ਹਿਆਂ ਦਾ, ਹਾਲੇ ਕੋਈ ਉਮਰ ਵੀ ਖਾਸ ਨਹੀਂ ਹੋਈ ਸੀ। ਜਿਸ ਵੇਲੇ ਘਟਨਾ ਵਾਪਰੀ ਉਹ ਇਕੱਲਾ ਸੀ ਅਤੇ ਗੋਲੀ ਮਾਰੀ। ਹੁਣ ਪਿਛਲੀਆਂ ਦੋ ਤਿੰਨ ਘਟਨਾਵਾਂ ਨੂੰ ਜੇ ਦੇਖੀਏ, ਤਿੰਨ ਪੰਜਾਬੀ ਇੱਕ ਘਰ 'ਚ ਮਾਰੇ ਗਏ ਸੀ ਜੀ, ਤਿੰਨ ਔਰਤਾਂ ਇੱਕ ਬੰਦਾ, ਚਾਰ ਬੰਦੇ। ਉਹ ਕੋਈ ਨਸਲੀ ਹਿੰਸਾ ਨਹੀਂ ਸੀ, ਉਹ ਤਾਂ ਪਤਾ ਲੱਗਿਆ ਕਿ ਕੋਈ ਘਰੇਲੂ ਮਸਲਾ ਸੀ। ਹੁਣ ਇਹਦਾ ਹਾਲੇ ਨਹੀਂ ਪਤਾ ਲੱਗਿਆ ਵੀ ਕਿਹਨੇ ਮਾਰਿਆ, ਕਿਉਂ ਮਾਰਿਆ। ਆਮ ਤੌਰ 'ਤੇ ਅਮਰੀਕਾ ਦੇ ਵਿੱਚ ਇਸ ਕਿਸੇ ਦੀਆਂ ਘਟਨਾਵਾਂ ਲੁੱਟ ਖੋਹ ਦੀਆਂ ਘਟਨਾਵਾਂ ਜੇ ਸਟੋਰਾਂ 'ਤੇ ਹੁੰਦੀਆਂ ਨੇ ਅਤੇ ਜਾਂ ਫਿਰ ਨਸਲੀ ਹਿੰਸਾ ਹੁੰਦੀ ਹੈ। ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਲੇਕਿਨ ਦੁੱਖ ਹੈ ਕਿ ਆਪਣੇ ਮਾਪਿਆਂ ਤੋਂ ਦੂਰ ਲੋਕ ਜਾਂਦੇ ਨੇ, ਭੈਣ ਭਰਾਵਾਂ ਤੋਂ ਦੂਰ ਜਾਂਦੇ ਨੇ ਅਤੇ ਉੱਥੇ ਜਾ ਕੇ ਇਸ ਤਰ੍ਹਾਂ ਦੀ ਮੌਤ ਮਿਲੇ। ਜਿਸ ਨੂੰ ਵੀ ਇਹ ਘਟਨਾ ਵਾਪਰਦੀ ਹੈ ਸਾਨੂੰ ਉਹਦਾ ਅਫਸੋਸ ਬਹੁਤ ਹੁੰਦਾ ਜੀ। ਹੁਣ ਆਪਾਂ ਫਿਰ ਪੰਜਾਬ ਵੱਲ ਆ ਜਾਈਏ ਤਾਂ ਹਰਸਿਮਰਤ ਕੌਰ ਬਾਦਲ ਦੀ ਸੁਰੱਖਿਆ ਬਾਰੇ ਟਿੱਪਣੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨਕਾਰਿਆ। ਦੇਖੋ, ਗੱਲ ਇਹ ਹੈ ਕਿ ਹਰਸਿਮਰਤ ਕੌਰ ਜੀ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਦੀ ਜਿਹੜੀ ਸੁਰੱਖਿਆ ਛਤਰੀ ਹੈ, ਇਹ ਤਾਂ ਮੈਨੂੰ ਸ਼ੱਕ ਹੈ ਕਿ ਇਹ ਪੰਜਾਬ ਪੁਲਿਸ, ਕਿਉਂਕਿ ਕੈਪਟਨ ਦੇ ਅਧੀਨ ਹੈ, ਸਰਕਾਰ ਦੇ ਅਧੀਨ ਹੈ ਜੀ, ਇਹ ਸਾਨੂੰ ਸਾਡੀਆਂ ਰੈਲੀਆਂ ਦੇ ਵਿੱਚ ਜਿਹੜਾ ਹੈ ਡਿਸਟਰਬੈਂਸ ਪੈਦਾ ਕਰ ਰਹੇ ਨੇ, ਇਹ ਵਿਰੋਧ ਕਰ ਰਹੇ ਨੇ। ਕਿਉਂਕਿ ਹਰਸਿਮਰਤ ਨੂੰ ਅੱਜ ਕੱਲ੍ਹ ਹਰ ਇੱਕ ਥਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਕੱਲ੍ਹ ਤੁਹਾਨੂੰ ਧਰਨਾ ਵੀ ਮਾਰਨਾ ਪਿਆ ਸੀ ਸੜਕ 'ਤੇ। ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਕਿ ਸਰਕਾਰ ਦੇ ਕੋਲ ਪੁਲਿਸ ਹੈ ਅਤੇ ਪੁਲਿਸ ਵਾਲੇ ਕਰਵਾ ਰਹੇ ਨੇ ਜਾਂ ਕਰਵਾ ਸਕਦੇ ਨੇ ਜੀ। ਦੇਖੋ, ਲੋਕ ਤਾਂ ਬਹੁਤ ਕੁਛ ਇਸ ਟੱਬਰ ਨੂੰ, ਬਾਦਲ ਪਰਿਵਾਰ ਨੂੰ, ਪੂਰੇ ਨੂੰ, ਵੱਡੇ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ, ਹਰਸਿਮਰਤ, ਮਜੀਠੀਆ ਜਾਂ ਡਿਸਕਿਉਰਟੀ ਹੈ, ਮਤਲਬ ਇਹਨਾਂ ਦੀ ਸਿਕਿਉਰਟੀ 'ਤੇ ਜਿੰਨੇ ਲੋਕ ਲੱਗੇ ਨੇ, ਜੇ ਸਹੀ ਅੰਕੜੇ ਹੋਣ ਤਾਂ ਉਹਦਾ ਖਰਚਾ ਮਹੀਨੇ ਦਾ ਕਰੋੜਾਂ 'ਚ ਜਾਂਦਾ, ਮਤਲਬ ਉਨੇ 'ਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਜੀ। ਇੰਨੇ ਲੋਕ ਇਹਨਾਂ ਦੀ ਸਿਕਿਉਰਟੀ 'ਤੇ ਲੱਗੇ ਨੇ। ਹੁਣ ਉਹ ਕਹਿੰਦੇ ਨੇ ਵੀ ਪੰਜਾਬ ਪੁਲਿਸ ਦੀ ਸਿਕਿਉਰਟੀ ਮੈਨੂੰ ਠੀਕ ਨਹੀਂ ਲੱਗਦੀ। ਦੇਖੋ, ਇਹ ਗੱਲ 10 ਸਾਲ ਉਹਨਾਂ ਨੇ ਰਾਜ ਕੀਤਾ, ਲੋਕ ਤਾਂ ਉਲਟ ਕਹਿੰਦੇ ਨੇ, MLA ਤਾਂ ਉਲਟ ਕਹਿੰਦੇ ਨੇ ਕਾਂਗਰਸ ਦੇ ਕਿ ਜੀ ਇਹ ਹਾਲੇ ਵੀ ਪੁਲਿਸ ਵਫਾਦਾਰ ਸੁਖਬੀਰ ਬਾਦਲ ਦੀ ਹੈ। ਹਰਸਿਮਰਤ ਨੇ ਹੁਣ ਇਹ ਗੱਲ ਕਹਿਤੀ, ਤਾਂ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਉਹ ਗੰਭੀਰਤਾ ਨਾਲ ਲੈਣੀ ਬਣਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜੋ ਇਲਜ਼ਾਮ ਲੱਗਿਆ ਇਹ ਮੈਂ ਨਕਾਰਦਾ, ਇਹ ਬਿਲਕੁਲ ਗਲਤ ਹੈ। ਲੋਕ ਬੇਅਦਬੀ ਕਰਕੇ ਇਹਨਾਂ ਦੇ ਮਗਰ ਪਏ ਨੇ, ਨਾ ਕਿ ਸਿਕਿਉਰਟੀ ਦਾ ਕੋਈ ਬੰਦਾ ਇਹਦੇ 'ਚ ਇਨਵੋਲਵ ਹੈ, ਨਾ ਕਿ ਕਾਂਗਰਸੀ। ਤਾਂ ਕਹਿੰਦੇ ਨੇ ਕਾਂਗਰਸੀ ਕਰਾਉਂਦੇ ਨੇ ਜਾਂ ਵਿਰੋਧੀ ਕਰਾਉਂਦੇ ਨੇ, ਅਤੇ ਉਹ ਕਹਿੰਦੇ ਵੀ ਇਹ ਲੋਕ ਹੁਣ ਇਹਨਾਂ ਨੂੰ ਪਿੰਡਾਂ 'ਚ ਬੇਅਦਬੀ ਕਰਕੇ ਨਹੀਂ ਵੜਨ ਦਿੰਦੇ। ਭਾਵੇਂ ਕੈਪਟਨ ਸਾਹਿਬ 'ਤੇ ਇਹ ਅੱਜ ਕੱਲ੍ਹ ਸ਼ਬਦੀ ਜੰਗ ਚੱਲ ਰਿਹਾ, ਕਦੇ ਬਾਰਦਾਨੇ ਨੂੰ ਲੈ ਕੇ ਚੱਲ ਰਿਹਾ, ਕਦੇ ਇਹ 'ਤੇ ਚੱਲ ਰਿਹਾ, ਪਰ ਪਤਾ ਨਹੀਂ ਕਿਉਂ ਇੰਨੇ ਸ਼ਬਦੀ ਇੱਕ ਦੂਜੇ 'ਤੇ ਅਟੈਕ ਕਰਨ ਦੇ ਬਾਵਜੂਦ ਰਮਨ, ਇਹ ਜ਼ਰੂਰ ਲੋਕਾਂ ਦੇ ਮਨਾਂ 'ਚ ਹੈ ਕਿ ਫਿਰੋਜ਼ਪੁਰ ਅਤੇ ਬਠਿੰਡਾ ਅਤੇ ਪਟਿਆਲਾ ਇਹ ਜਿਹੜਾ ਹੈ ਸਮਝੌਤਾ ਹੈ, ਇਹ ਅਕਾਲੀਆਂ ਅਤੇ ਕਾਂਗਰਸੀ ਦੇ, ਕੈਪਟਨ ਅਤੇ ਬਾਦਲਾਂ ਦਾ ਸਮਝੌਤਾ ਬਣਦੇ ਨੇ ਲੋਕ, ਇੰਨਾ ਕੁਛ ਕਰਨ ਦੇ ਬਾਵਜੂਦ ਹੋ ਸਕਦਾ ਇਹ ਸਾਰਾ ਕੁਛ ਅਟੈਕ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਇਕੱਠੇ ਨਹੀਂ, ਅਸੀਂ ਅੰਦਰੋਂ ਇੱਕ ਨਹੀਂ, ਸਾਡਾ ਕੋਈ ਸਮਝੌਤਾ ਨਹੀਂ, ਲੇਕਿਨ ਅੱਜ ਕੱਲ੍ਹ ਇੱਕ ਦੂਜੇ 'ਤੇ ਉਹ ਅਟੈਕ ਵੀ ਕਰ ਰਹੇ ਨੇ। ਇਹ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਸੀ ਹਰਸਿਮਰਤ ਨੇ, ਉਹਦਾ ਜਵਾਬ ਇਉਂ ਦਿੱਤਾ ਕਿ ਬਿਲਕੁਲ ਝੂਠ ਬੋਲਦੇ ਨੇ ਜੀ। ਬਿਲਕੁਲ ਸਾਹਿਬ, ਭਗਵੰਤ ਮਾਨ ਨੇ ਕੈਪਟਨ ਦੀ ਪੰਜਾਬੀ ਬਾਰੇ ਵਿਅੰਗ ਕੀਤਾ। ਉਹ ਇਸ ਕਰਕੇ ਹੋਇਆ ਜੀ, ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਦੋ ਤਿੰਨ ਗੱਲਾਂ ਐਸੀਆਂ ਕੀਤੀਆਂ ਸੁਨੀਲ ਜਾਖੜ ਦੇ ਰੈਲੀ ਦੇ ਵਿੱਚ, ਇੱਕ ਤਾਂ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਮੁੱਖ ਮੰਤਰੀ ਹੈ ਆਉਣ ਵਾਲੇ ਟਾਈਮ ਦਾ, ਇਹਦੇ ਬੜੀ ਚਰਚਾ ਹੈ ਵੀ ਇਹ ਕਿਉਂ ਕਿਹਾ, ਇਹਦੇ ਪਿੱਛੇ ਰੀਜ਼ਨ ਕੀ ਨੇ। ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ
मैसेज देना सी, कोई लोगों नूं मैसेज देना सी, बड़ा कुछ इहदे बारे चर्चा चल रही है। दूजी गल उन्होंने कहा कि जिहड़ा टपुसियां मारदा सनी देओल बारे, भी उन्हूं तां कुछ नहीं पता पंजाब दा, उन्हूं तां पंजाबी भी बोलनी नहीं आउंदी सही तरीके नाल, वही कहदा उह पंजाब दा पुत्त है, उन्हूं आउंदी नहीं है पंजाबी, उन्हूं तां कुछ भी नहीं पता, जिहनूं बालकोट बारे नहीं पता, कोई इहो जिहे उन्होंने बयान दित्ते। इस बयान ते फिर भगवंत मान ने टिप्पणी की, भगवंत मान कहिंदा कि कैप्टन अमरिंदर सिंह तो कोई हक ही नहीं पंजाबी बारे गल करदा, कि कैप्टन साहब नूं आप नहीं पंजाबी आउंदी। देखो उहदे दो कारण ने, उहदे पिछे इक तर्क तां इह है कि जदों सहुं चुकी ना कैप्टन साहब ने मुख्यमंत्री दी, उदों अंग्रेजी च सुकी, मतलब कि तुसीं पंजाबी दे विच पंजाब महकमा पंजाबी जिहड़ा बनिया सी ना, उह पटियाला स्टेट ने बनाया सी, इन्हां दे फादर ने बनाया सी, यादविंदर होरां ने पंजाबी दी गल शुरू कीती सी, इह क्योंकि पढ़े होणे दूर स्कूल दी प्रोडक्ट ने, पंजाबी कित्थे आउंदी है, पंजाबी तां अजकल जिहड़े बच्चे साडे पब्लिक स्कूल आ उहनां नूं नहीं आउंदी। ਇਹ ਜਿਹੜੀ ਪੰਜਾਬੀ ਦੇ ਅਖਬਾਰ ਅਸੀਂ ਪੜ੍ਹਦੇ ਹਾਂ, ਮੈਨੂੰ ਕਦੇ ਕਦੇ ਲੱਗਦਾ ਹੈ ਕਿ ਇਹ ਤਾਂ ਬਸ ਦੋ ਪੀੜ੍ਹੀਆਂ ਦੀ ਗੱਲ ਹੈ। ਤੁਹਾਨੂੰ ਪੰਜਾਬੀ ਦਾ ਅਖਬਾਰ ਤਾਂ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ, ਤੁਸੀਂ ਪੰਜਾਬੀ ਦੀ ਗੱਲ ਬੋਲਦੇ। ਫਿਰ ਉਹਨੇ ਨਕਲਾ ਸੀ, ਉਹ ਕਲਾਕਾਰ ਹੈ, ਉਹ ਕਹਿੰਦਾ ਕਿ ਮੈਨੂੰ ਆਉਣਾ ਪਿਆ, ਉਹ ਕਹਿੰਦੇ ਆਉਣਾ ਤਾਂ ਹੁੰਦਾ ਹੀ ਨਹੀਂ, ਕੈਪਟਨ ਸਾਹਿਬ ਕਹਿ ਦਿੰਦੇ ਨੇ ਕਿ ਮੈਨੂੰ ਆਉਣਾ ਪਿਆ, ਉਹਦੇ ਲੋਕ ਤਾਂ ਇਹ ਵੀ ਕਹਿੰਦੇ ਨੇ ਤੁਸੀਂ ਉੱਥੇ ਅੰਗਰੇਜ਼ੀ ਬੋਲਦੇ ਹੋ, ਵੋਟਾਂ ਵੀ ਅੰਗਰੇਜ਼ੀ 'ਚ ਮੰਗੋ, ਇਹ ਲੋਕ ਕਹਿੰਦੇ ਨੇ। ਇਹ ਜਿਹੜਾ ਇਲੈਕਸ਼ਨ ਦੇ ਦੌਰਾਨ ਇਸ ਤਰ੍ਹਾਂ ਦੀ ਚੱਲਦੀ ਹੁੰਦੀ ਹੈ ਇੱਕ ਦੂਜੇ ਦੇ ਤੌਮਤਬਾਜ਼ੀ, ਪਰ ਇਹ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ ਕੈਪਟਨ ਸਾਹਿਬ ਨੂੰ ਵੀ, ਅਕਾਲੀਆਂ ਨੂੰ ਵੀ, ਹੋਰ ਪਾਰਟੀਆਂ ਨੂੰ ਵੀ, ਕਿ ਮਾਂ ਬੋਲੀ ਦਾ ਤਾਂ ਮਸਲੇ ਬਾਰੇ ਕਦੇ ਗੱਲ ਕਰੋ, ਤੁਸੀਂ ਵੋਟਾਂ ਮੰਗਣ ਲੱਗੇ ਤੁਸੀਂ ਇਹ ਤਾਂ ਕਹੋ ਕਿ ਅਸੀਂ ਵੋਟਾਂ ਜਿਹੜੀਆਂ ਨੇ ਉਹਨੂੰ ਪਾਵਾਂਗੇ, ਜਾਂ ਸਾਡਾ ਏਜੰਡੇ 'ਚ ਮਾਂ ਬੋਲੀ ਵੀ ਪਈ ਹੈ। ਹੁਣ ਰੌਲਾ ਤਾਂ ਇਹ ਹੈ ਕਿ ਏਜੰਡਾ ਹੀ ਨਹੀਂ ਦੇ ਰਹੇ, ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਆਪਦਾ ਮੈਨੀਫੈਸਟੋ ਨਹੀਂ ਦਿੱਤਾ। ਹੁਣ ਮੈਨੀਫੈਸਟੋ ਦੇਣ ਤੋਂ ਪਹਿਲਾਂ 10 ਵਾਰੀ ਸੋਚਣਗੀਆਂ ਪੋਲੀਟੀਕਲ ਪਾਰਟੀ ਕਿ ਕਿਹੜਾ ਵਾਅਦਾ ਕਰਾਂਗੇ। ਜੇ ਅਸੀਂ ਉਹ ਵਾਅਦਾ ਕਰ ਲਿਆ ਤਾਂ 22 ਦੀ ਇਲੈਕਸ਼ਨ 'ਚ ਲੋਕਾਂ ਨੇ ਜੋ ਹੁਣ ਸੋਸ਼ਲ ਮੀਡੀਆ ਕਰ ਰਿਹਾ, ਲੋਕਾਂ ਨੇ ਕੱਢ ਕੇ ਦਿਖਾ ਦੇਣਾ ਜੀ, ਹੁਣ ਕੈਪਟਨ ਸਾਹਿਬ ਕਿਉਂ ਘਿਰਦੇ ਨੇ ਕਿ ਦੱਸੋ ਜੀ ਤੁਸੀਂ ਕਿਹਾ ਸੀ ਲੀਕ ਫੇਰਾਂਗੇ, ਫਿਰ ਉਹ ਲੀਕ, ਘਰ ਘਰ ਨੌਕਰੀ ਦਿਓ ਨੌਕਰੀ, ਕਿਉਂ ਵਾਅਦੇ ਕੀਤੇ? ਸ਼੍ਰੋਮਣੀ ਅਕਾਲੀ ਦਲ ਕਿਉਂ ਨਹੀਂ ਕਰ ਰਿਹਾ ਮੈਨੀਫੈਸਟੋ ਕਿ ਕੀ ਕਹੂਗਾ? ਉਹਨੇ ਕਹਿੰਦਾ ਜੀ ਸਾਡਾ ਤਾਂ ਉਹੀ ਮੈਨੀਫੈਸਟੋ ਜੋ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਜੀ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਹੋ, ਤੁਹਾਡਾ ਤੁਸੀਂ ਪੰਜਾਬ ਦੀ ਪੰਥਕ ਪਾਰਟੀ ਕਹਿੰਦੇ ਹੋ, ਉਹਦਾ ਪੰਥ ਨਾਲ ਕੀ ਲਿੰਕ ਹੈ ਭਾਰਤੀ ਜਨਤਾ ਪਾਰਟੀ ਦਾ? ਤੋ ਇਹਦਾ ਮਤਲਬ ਹੈ ਕਿ ਜਿਹੜੀਆਂ ਪਾਰਟੀਆਂ ਨੇ ਹੁਣ ਇਸ ਗੱਲੋਂ ਲੱਗ ਗਈਆਂ ਘਬਰਾਉਣ ਕਿ ਲੋਕ ਹੋ ਗਏ ਸਿਆਣੇ, ਸੋਸ਼ਲ ਮੀਡੀਆ ਆ ਗਿਆ ਅਤੇ ਲੋਕਾਂ ਨੇ ਸਾਨੂੰ ਆਉਣ ਵਾਲੇ ਟਾਈਮ 'ਚ ਪੁੱਛ ਲੈਣਾ। ਤੋ ਇਹ ਮੈਨੂੰ ਲੱਗਦਾ ਕਿ ਜਿਹੜਾ ਕੈਪਟਨ 'ਤੇ ਤੰਜ਼ ਮਾਰਿਆ ਭਗਵੰਤ ਮਾਨ ਨੇ ਉਹ ਉਸੇ ਤਰ੍ਹਾਂ ਦਾ ਹੈ ਕਿ ਲੋਕ ਤਾਂ ਹੁਣ ਤੱਕ ਕਹਿੰਦੇ ਨੇ ਕੈਪਟਨ ਸਾਹਿਬ ਨੇ ਅੰਗਰੇਜ਼ੀ ਸੌਂਗ ਕਿਉਂ ਚੁੱਕੀ, ਜੇ ਪੰਜਾਬੀ ਪੜ੍ਹਨੀ ਹੁੰਦੀ ਪੰਜਾਬੀ ਚੁੱਕਦੇ, ਅਤੇ ਉਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਪਤਾ ਹੀ ਹੈ ਸਨੀ ਦਿਓਲ ਨੂੰ ਪੰਜਾਬੀ ਕਿੱਥੇ ਤੋਂ, ਬੰਬੇ ਪਲਿਆ ਉਹ, ਪੰਜਾਬ 'ਚ ਕਿੱਥੋਂ ਆਇਆ, ਅਤੇ ਉਹ ਬੰਬੇ ਵਾਲਿਆਂ ਨੂੰ ਪੰਜਾਬੀ ਕਿੱਥੇ ਆਉਂਦੀ ਹੈ, ਉੱਥੇ ਨਹੀਂ ਪੰਜਾਬੀ ਪੜ੍ਹੀ ਗਈ ਜੀ ਜੀ। ਵਾਲੇ ਸਾਹਿਬ ਚੋਣਾਂ ਵਿੱਚ ਇਹ ਆਮ ਗੱਲ ਹੁੰਦੀ ਹੈ ਇੱਕ ਦੂਜੇ 'ਤੇ ਅਸੀਂ ਦੂਸ਼ਣਬਾਜ਼ੀ ਕਰਦੇ ਰਹੀਏ, ਅਤੇ ਉੱਧਰ ਮਜੀਠੀਆ ਨੇ ਔਜਲਾ ਦੀ ਅੰਗਰੇਜ਼ੀ ਬਾਰੇ ਬਿਆਨ ਕੀਤਾ। ਦੇਖੋ ਇੱਧਰ ਪੰਜਾਬੀ ਦਾ, ਉੱਧਰ ਅੰਗਰੇਜ਼ੀ ਦਾ, ਉਹ ਅਸਲ ਗੱਲ ਤਾਂ ਇਹ ਹੋਈ ਸੀ ਕਿ ਪੜ੍ਹੇ ਲਿਖੇ ਜਿਹੜੇ ਬੰਦੇ ਨੇ, ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਆਹ ਇੰਨੇ ਬੰਦੇ ਸੀ, ਸਿਰਫ ਇੱਕ ਉਮੀਦਵਾਰ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਸਿਵਲ ਸਰਵਿਸ ਪਾਸ ਕੀਤੀ ਹੈ, IAS ਪਾਸ ਕੀਤੀ ਹੈ ਜੀ, ਉਹ ਹੈਗਾ ਹਰਦੀਪ ਸਿੰਘ ਪੁਰੀ। ਹਰਦੀਪ ਸਿੰਘ ਪੁਰੀ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਅੰਮ੍ਰਿਤਸਰ ਤੋਂ ਨੇ, ਉਹਨਾਂ ਨੇ IFS ਇੰਡੀਅਨ ਫੋਰਨ ਸਰਵਿਸ 'ਚ ਜਾ ਕੇ UNO 'ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਪੜ੍ਹੇ ਲਿਖੇ ਨੇ। ਹੁਣ ਜਦੋਂ ਤੁਸੀਂ ਵਿਰੋਧੀ ਨੂੰ ਦੇਖਣਾ ਹੁੰਦਾ ਇਲੈਕਸ਼ਨ ਦੇ ਵਿੱਚ, ਤੁਸੀਂ ਆਪ ਕੁਛ ਕਰੋ ਨਾ ਕਰੋ, ਇੱਕ ਵਾਰੀ ਖੜ੍ਹ ਜਾਓ, ਵਿਰੋਧੀ ਸਭ ਕੱਢ ਲਿਆਉਂਦੇ ਨੇ ਤੁਹਾਡੀਆਂ ਕਮਜ਼ੋਰੀਆਂ, ਅਤੇ ਹੁਣ ਔਜਲਾ ਦੀ ਕਮਜ਼ੋਰੀ ਇਹ ਕੱਢ ਹੈ ਕਿ ਤਾਂ 12ਵੀਂ ਪਾਸ ਹੈ, ਇਹਨੂੰ ਤਾਂ ਆਉਂਦਾ ਜਾਂਦਾ ਕੱਖ ਨਹੀਂ ਪੜ੍ਹਾਈ ਦੇ ਐਂਗਲ ਤੋਂ, ਹਾਲਾਂਕਿ ਇਹ ਕੋਈ ਵੱਡਾ ਕ੍ਰਾਈਟੀਰੀਆ ਨਹੀਂ। ਗਿਆਨੀ ਜੈਲ ਸਿੰਘ ਸਿਰਫ ਗਿਆਨੀ ਸੀ, ਵੱਡੇ ਵੱਡੇ ਜਿਹੜੇ ਇਕੱਠਾਂ ਨੂੰ ਉਹ ਹੈਰਾਨ ਕਰ ਦਿੰਦਾ ਸੀ, ਇੰਨੇ ਵਧੀਆ ਬੋਲਦੇ ਸੀ।
तो ये बंदे हुण उन्होंने ये कहता मजीठिया ने कि तुसी औजला साहब कितने तो अंग्रेजी बोलनी पऊ जे तुसी पार्लीमेंट जाओगे किवें बोलोगे। ये वैसे मैं समझदा मजीठिया साहब की कोई ज़्यादा वधिया गल नहीं है। बहुत सारे बंदे ऐसे ने ਤੁਹਾਡੇ ਅਕਾਲੀਆਂ ਦੇ ਕਿੱਕਰ ਸਿੰਘ ਵਰਗੇ ਐਮਪੀ ਬਣ ਗਏ, ਤੋਤਾ ਸਿੰਘ ਵਰਗੇ ਜੋ ਜਿਹੜੇ ਜਿਨ੍ਹਾਂ ਨੂੰ ਗੂਠਾ ਸਾਹਿਬ ਜਿਹੜੇ ਸੀ ਬਿਲਕੁਲ ਹੀ ਗੂਠਾ ਲਾਉਂਦੇ ਸੀ। ਤੋ ਇਸ ਕਰਕੇ ਜੇ ਤੁਹਾਡੀ ਲਿਸਟ ਕੱਢ ਲਈਏ ਅਸੀਂ ਫਿਰ ਤਾਂ ਬਹੁਤ ਵੱਡੀ ਗੱਲ ਹੈ, ਵੀ ਕੋਰੇ ਅਨਪੜ੍ਹ ਬੰਦੇ ਬਣਦੇ ਰਹੇ ਨੇ। ਤੋ ਇਹ ਨਹੀਂ ਹੈ ਜਿਹੜੇ ਜਿਹੜੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਫਰਿੱਜ ਕੀ ਹੁੰਦਾ, ਇਹਨੂੰ ਅਲਮਾਰੀ ਸਾਹਿਬ ਕੇ ਜੁੱਤੀਆਂ ਰੱਖ ਦਿੰਦੇ ਸੀ ਵਿੱਚ। ਤੋ ਇਹੋ ਜਿਹਾ ਨਹੀਂ। ਹਾਂ, ਔਜਲੇ ਨੂੰ ਅੰਗਰੇਜ਼ੀ 'ਤੇ ਅਟੈਕ ਕਰਨਾ ਉਸ ਇਹ ਦੱਸਣਾ ਕਿ ਹਰਦੀਪ ਸਿੰਘ ਪੂਰੀ ਜ਼ਿਆਦਾ ਪੜ੍ਹੇ ਲਿਖੇ ਅਤੇ ਉਹ ਘੱਟ ਪੜ੍ਹੇ ਲਿਖੇ ਨੇ, ਸ਼ਾਇਦ ਉਹਨਾਂ ਦਾ ਮਤਲਬ ਇਹ ਹੋਵੇ। ਜੀ ਬਿਲਕੁਲ। ਸਭ ਅੱਗੇ ਆਪਾਂ ਵਧੀਏ ਤਾਂ ਸੋਸ਼ਲ ਖਬਰ ਲੈ ਲਈਏ ਕਿ ਮਹਿਲਪੁਰੀ ਵਿੱਚ ਇੱਕ ਨਵ ਵਿਆਹੀ ਕੁੜੀ ਜੋ ਉਡੀਕਦੀ ਰਹੀ ਪਰ ਬਰਾਤ ਅਤੇ ਲਾੜਾ ਦਾਜ ਨਾ ਮਿਲਣ ਕਾਰਨ ਪਹੁੰਚੇ ਨਹੀਂ। ਦੇਖ ਲਓ ਤੁਸੀਂ, ਹਾਲੇ ਵੀ ਇਹੀ ਕੁਛ ਚੱਲਦਾ, ਡੋਰੀ ਦਾ ਜਿਹੜਾ ਸਿਸਟਮ ਹੈ ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰ੍ਹਾਂ ਦਾ। ਹੁਣ ਇਸ ਘਟਨਾ 'ਚ ਹੋਇਆ ਤਾਂ ਇਹ ਜਦੋਂ ਬਰਾਤ ਪਹੁੰਚ ਗਈ, ਲਾੜਾ ਵੀ ਆ ਗਿਆ, ਫੇਰੇ ਹੋਣੇ ਸੀ ਰਾਤ ਨੂੰ, ਉਹ ਜਦੋਂ ਉਹਦੇ ਦੇਖਿਆ ਕਿ ਸਮਾਨ ਜਿਹੜਾ ਪਿਆ ਉਹ ਉਹਦੇ ਪਸੰਦ ਨਹੀਂ ਆਇਆ, ਉਹ ਉਹਨੂੰ ਕਹਿੰਦੇ ਵੀ ਚਲੋ ਇਹ ਛੱਡੋ ਤੁਸੀਂ, 5 ਲੱਖ ਕੈਸ਼ ਦੇ ਦਿਉ। ਹੁਣ ਕੁੜੀ ਦਾ ਪਿਓ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ 5 ਲੱਖ ਕੈਸ਼। ਅਤੇ ਜਦੋਂ ਦੋਨਾਂ 'ਚ ਤਕਰਾਰ ਹੋ ਗਿਆ ਅਤੇ ਉਸ ਵੇਲੇ ਮੁੰਡੇ ਵਾਲਿਆਂ ਨੇ ਸਕੀਮ ਬਣਾ ਲਈ ਅਤੇ ਉਹ ਪਹਿਲਾਂ ਰੋਟੀ ਰਾਟੀ ਵਾਹਵਾ ਸੇਵਾ ਕਰਾਈ ਉਹਨਾਂ ਦੀ, ਜਦੋਂ ਜਾਂਦੀ ਹੈ ਬਰਾਤ ਸੇਵਾ ਹੋਈ ਹੋਈ ਸੀ ਅਤੇ ਉਹਨਾਂ ਨੇ ਅੱਖ ਮਿਲਾਈ ਅਤੇ ਮੁੰਡਾ ਵੀ ਭੱਜ ਗਿਆ, ਲਾੜਾ ਵੀ, ਬਰਾਤੀ ਵੀ ਭੱਜ ਗਏ। ਉਹ ਉਡੀਕਦੇ ਰਹੇ ਹੁਣ ਆਉਣਗੇ ਹੁਣ ਆਉਣਗੇ, ਨਹੀਂ ਆਏ ਅਤੇ ਫਿਰ ਪੁਲਿਸ 'ਚ ਰਿਪੋਰਟ ਕਰਾਈ ਕਿ ਜੇ ਤਾਂ 5 ਲੱਖ ਮੰਗਦੇ ਸੀ, ਸਾਡਾ ਇੰਨਾ ਨੁਕਸਾਨ ਕਰਕੇ ਚਲੇ ਗਏ ਅਤੇ ਹਾਲੇ ਵੀ ਤੁਸੀਂ ਹਿੰਦੁਸਤਾਨ 'ਚ ਦੇਖ ਸਕਦੇ ਹੋ। ਮੇਰੇ ਇੱਕ ਪ੍ਰੋਫੈਸਰ ਮਿੱਤਰ ਜਿਹੜੇ ਨੇ ਬਾਣੀਏ, ਉਹਨਾਂ ਦੇ ਮੁੰਡੇ ਦਾ ਵਿਆਹ ਅਤੇ ਮੈਂ ਪੁੱਛਿਆ ਵੀ ਕਿਵੇਂ ਚੱਲਦਾ ਤੁਹਾਡੇ, ਕਹਿੰਦਾ ਜੀ ਉਹ ਵੀ ਚੱਲਦਾ ਜਿਵੇਂ ਬਾਣੀਏ 'ਚ ਚੱਲਦਾ ਹੁੰਦਾ। ਮੈਂ ਕੀ ਕਹਿੰਦਾ ਜੀ ਪਹਿਲਾਂ ਸਾਡੇ ਹੋ ਜਾਂਦਾ ਹੁੰਦਾ। ਮੈਂ ਕਿਹਾ ਜੀ ਪ੍ਰੋਫੈਸਰਾਂ ਦਾ ਹੀ ਹਾਲ ਹੈ ਅਤੇ ਤੁਸੀਂ ਆਮ ਲੋਕ ਜਿਹੜੇ ਵੱਸਦੇ ਨੇ ਸਮਾਜ ਦੇ ਵਿੱਚ ਘੱਟ ਪੜ੍ਹੇ ਲਿਖੇ, ਉਹ ਕਿਉਂ ਨਹੀਂ ਕਰਨਗੇ, ਉੱਥੇ ਤਾਂ ਸੌਦਾ ਹੁੰਦਾ, ਹਾਲੇ ਵੀ ਹੋ ਰਿਹਾ। ਸੋ ਡੋਰੀ ਦਾ ਇਹ ਹਾਲ ਹੈ, ਜਿੰਨਾ ਮਰਜ਼ੀ ਅਸੀਂ ਕਰੀ ਚੱਲੀਏ ਡੋਰੀ ਨੂੰ ਨਹੀਂ ਮੰਨਦੇ। ਬਿਲਕੁਲ ਉਵੇਂ ਹੀ ਹੈ ਜਿਵੇਂ ਅਕਾਲ ਤਖਤ ਸਾਹਿਬ ਨੇ ਕਿਹਾ ਹੋਇਆ ਵੀ ਕੁੜੀ ਮਾਰਨ ਨਾਲ ਕੋਈ ਨਹੀਂ, ਲੇਕਿਨ ਹਾਲੇ ਵੀ ਚੱਲੀ ਜਾਂਦੀ ਹੈ ਫੀਮੇਲ ਫੀਟੀਸਾਈਡ। ਤੋ ਸਾਡਾ ਸਮਾਜ ਇਸ ਤਰ੍ਹਾਂ ਹੀ ਚੱਲ ਰਿਹਾ। ਜੀ ਬਿਲਕੁਲ। ਮਤਲਬ ਸਰ ਖਬਰਾਂ ਅਜੇ ਹੋਰ ਸਨ ਪਰ ਵੇਲਾ ਪ੍ਰੋਗਰਾਮ ਦੀ ਸਮਾਪਤੀ ਵਾਲੇ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ 'ਤੇ ਨਜ਼ਰ ਵੀ ਡਾਕਟਰ ਹਜਿੰਦਰ ਵਾਲੀਆ, ਤੁਹਾਨੂੰ ਸਾਡਾ ਸ਼ੋਅ ਕਿਸ ਤਰ੍ਹਾਂ ਦਾ ਆਪਣੀ ਫੀਡਬੈਕ ਦੇਣਾ ਭੁੱਲਣਾ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਦੀ ਇਜਾਜ਼ਤ, ਧੰਨਵਾਦ।